ਜੋਤ ਨਹੀਂ ਸੀ ਜਿਹਦੇ ਕੋਲ ਜੁਗਤ ਸੀ ਉਹਦੇ ਕੋਲ ਜੋਤ ਨਹੀਂ ਸੀ
ਤੇ ਕਈ ਇਦਾਂ ਦੇ ਸੀ ਜਿਹੜੇ ਕਾਇਆਂ ਦੇ ਪਿੱਛੇ ਸਰੀਰ ਦੇ ਪਿੱਛੇ ਲੱਗੇ ਹੋਏ ਸੀ। ਮਹਾਰਾਜ ਨੇ ਕਿਹਾ ਨਾ ਕਉ ਮਤਾਨ ਤੋਂ ਪੂਜਤ ਹੈ ਪਸ, ਕਉ ਮਤਾਨ ਤੋਂ ਪੂਜਣ ਭਾਇਓ। ਕਈ ਮ੍ਰਿਤਕਾਂ ਨੂੰ ਪੂਜੀ ਜਾਂਦੇ ਸੀ ਸਰੀਰਾਂ ਨੂੰ, ਤੇ ਕਈ ਮੂਰਤੀ ਦੀ ਪੂਜਾ ਦੇ ਪਿੱਛੇ ਲੱਗੇ ਹੋਏ ਸੀ। ਉਹੀ ਸਿਸਟਮ ਸੀ ਜਿਹਨੂੰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਇਹਦਾ ਤੇਰੇ ਨਾਲ ਕੋਈ ਲੈਣਾ ਦੇਣਾ ਨਹੀਂ, ਜਿਹੜੀ ਤੇਰੇ ਅੰਦਰ ਜੋਤ ਜਗ ਰਹੀ ਹੈ ਨਾ, ਹਰ ਜੀਓ ਗੁਫਾ ਅੰਦਰ ਰੱਖ ਕੇ ਜਿਹੜੀ ਤੇਰੇ ਅੰਦਰ ਜੋਤ ਵੇ, ਉਹਦਾ ਕੋਈ ਇਹਦੇ ਨਾਲ ਲੈਣ ਦੇਣ ਹੀ ਨਹੀਂ। ਜਿਹਦੇ ਪਿੱਛੇ ਤੂੰ ਲੱਗਾ ਹੋਇਆ, ਉਸੇ ਸੰਕਲਪ ਨੂੰ ਲੈ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਨਿਆਰੇ ਪੰਨ ਦੀ ਸ਼ੁਰੂਆਤ ਕੀਤੀ। ਉਸ ਨਿਆਰੇ ਪੰਨ ਦੀ ਸ਼ੁਰੂਆਤ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਇੱਕ ਓਮਕਾਰ ਦਾ ਜਾਪ ਕਰਨਾ ਮੇਰੇ ਸਿਰ ਤੇ। ਜਿਹੜਾ ਵੀ ਇਸ ਪਾਸੇ ਵੱਲ ਆਉਣਾ ਚਾਹੁੰਦਾ ਵੇ, ਇਸ ਨਿਆਰੇ ਪੰਨ ਦਾ ਪੰਧੀ ਬਣਨਾ ਚਾਹੁੰਦਾ ਵੇ, ਉਹਨੂੰ ਇੱਕ ਓਮਕਾਰ ਦੀ, ਇੱਕ ਅਕਾਲ ਦੀ, ਸਤ ਨਾਮ ਦੀ ਜਿਹੜਾ ਸਦਾ ਹੀ ਪੰਨ ਵੇ, ਨਾ ਮਰਨਾ ਨਾ ਜਨਮਣਾ, ਉਹ ਸਦਾ ਦੇ ਲਈ ਹੈ। ਉਹ ਨਿਰਭਉ ਵੀ ਹੈ, ਉਹ ਨਿਰਵੈਰ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਤੇ ਮੈਂ ਇਹੋ ਜਿਹੇ ਰਾਹ ਦੇ ਉਹਨਾਂ ਨੂੰ ਪੰਧੀ ਬਣਾਵਾਂਗਾ ਜਿਹਨੇ ਇਸ ਨਿਆਰੇ ਪੰਨ ਵੱਲ ਆਉਣਾ। ਤੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ। ਠੀਕ ਹੈ, ਸਾਨੂੰ ਵਰਦੀ ਦਿੱਤੀ, ਸਾਨੂੰ ਬਾਣਾ ਦਿੱਤਾ, ਪਰ ਜੇ ਕੋਈ ਕਹਿ ਲਵੇ ਕਿ ਮੈਂ ਬਾਣੀ ਨਹੀਂ ਪੜ੍ਹਨੀ, ਸ਼ਬਦ ਦੇ ਨਾਲ ਨਹੀਂ ਜੁੜਨਾ, ਤੇ ਇਕੱਲਾ ਮੈਂ ਬਾਣਾ ਪਾਲਵਾਂ, ਸ਼੍ਰੀ ਸਾਹਿਬ ਪਾਲਵਾਂ, ਅੰਮ੍ਰਿਤ ਛਕ ਲਵਾਂ, ਤੇ ਮੈਨੂੰ ਮਾਫ਼ ਕਰਿਓ, ਤੂੰ ਖਾਲਸਾ ਨਹੀਂ। ਖਾਲਸਾ ਬਾਣੀ ਤੋਂ ਬਿਨਾਂ ਨਹੀਂ ਬਣਿਆ ਜਾਣਾ, ਕਿਉਂਕਿ ਜਿਹੜੀ ਆਪਾਂ ਗੱਲ ਕਰਨੀ ਹੈ ਖਾਲਸਾ ਸਾਜਣਾ ਦਿਵਸ ਦੀ, ਖਾਲਸਾ ਪ੍ਰਗਟ ਹੋਇਆ ਜਿਸ ਦਿਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਸੀ ਉੱਥੇ, ਪਰ ਉੱਥੇ ਵੀ ਬਾਣੀ ਪੜੀ ਗਈ, ਉੱਥੇ ਵੀ ਪੰਜ ਬਾਣੀਆਂ ਦਾ ਜਾਪ ਹੋਇਆ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜਾ ਰਾਹ ਚਲਾਇਆ, ਸੱਚ ਦੇ ਰਾਹ ਤੇ ਚਲਦਿਆਂ ਚਲਦਿਆਂ ਇੱਕ ਦਿਨ ਐਸੀ ਕਲਾ ਵਰਤਾ ਦਿੱਤੀ, ਐਸਾ ਨਿਆਰਾਪਨ ਵਰਤਾ ਦਿੱਤਾ, ਪਹਿਲਾਂ ਬੜਿਆਂ ਲੋਕਾਂ ਦੇ, ਬੜਿਆਂ ਧਰਮਾਂ ਦੇ, ਜਿਹੜੇ ਯੋਗੀ ਲਾ ਲਓ ਜਾਂ ਹਿੰਦੂ ਮਤ ਦੇ ਦੇਵਤੇ ਲਾ ਲਓ, ਬੜੇ ਭਗਵਾਨ ਹੋਏ। ਮੈਂ ਪਹਿਲਾਂ ਕਹਿ ਬੈਠਾ ਵਾ ਕਿ ਸਾਰਿਆਂ ਨੂੰ ਆਪਣਾ ਆਪਣਾ ਧਰਮ ਮੁਬਾਰਕ, ਪਰ ਬੜੇ ਹੀ ਆਏ, ਕਿਸੇ ਨੇ ਆਪਣੇ ਚੇਲੇ ਨੂੰ ਗੱਦੀ ਨਹੀਂ ਦਿੱਤੀ। ਹੁਣ ਆਪਾਂ ਗੱਲ ਨਿਆਰੇਪਨ ਦੀ ਕਰਨੀ ਹੈ, ਪਾਤਸ਼ਾਹ ਦੇ ਦਰ ਤੇ ਉਹ ਭਾਈ ਲਹਿਣਾ ਆਉਂਦਾ ਵੇ, ਜਿਹੜਾ ਸਾਰੀ ਉਮਰ ਹੋ ਗਈ ਹੈ ਉਹ ਭਟਕਦਾ ਹੀ ਫਿਰਦਾ ਵੇ, ਤੀਰਥਾਂ ਤੇ ਯਾਤਰਾ ਕਰਦਾ ਫਿਰਦਾ ਵੇ, ਮੂਰਤੀ ਪੂਜਾ ਕਰਦਾ ਫਿਰਦਾ ਵੇ, ਪਰ ਮਨ ਨੂੰ ਨਾ ਟਿਕਾਈ ਨਹੀਂ ਲੱਗਦਾ। ਤੇ ਭਾਈ ਜੋਤ ਸ਼ਬਦ ਪੜ੍ਹਦੇ ਆ, ਜਿੱਤ ਸੇਵਿਆ ਸਿਰੇ ਪਾਈ ਹੈ, ਸੋ ਸਾਹਿਬ ਸਦਾ ਸੰਭਾਲੀ ਹੈ, ਜਿੱਤ ਕੀਤਾ ਪਾਈ ਹੈ, ਆਪਣਾ ਸਾਹ ਘਾਲ ਪੂਰੀ ਕਿਉਂ ਘਾਲੀ ਹੈ, ਮੁੰਡਾ ਮੁੰਡਾ ਕੀਚੇ ਤੇ ਲੰਮੀ ਨਿਦਮ ਨਿਹਾਲੀ ਹੈ, ਕਿਸ ਲਾਹੇ ਉੱਪਰ ਘਾਲੀ ਹੈ। ਕਿ ਜਿਹੜਾ ਆਪਣੇ ਸਰੀਰ ਵਾਸਤੇ, ਆਪਣੇ ਮਨ ਵਾਸਤੇ, ਆਪਣੀ ਆਤਮਾ ਵਾਸਤੇ, ਉਸ ਇੱਕ ਜੋਤ ਦੇ ਨਾਲ ਇੱਕ ਮਿਕ ਹੋਣ ਵਾਸਤੇ ਜਿਹੜੀ ਚੀਜ਼ ਹੋਣੀ ਹੈ, ਉਹਦੇ ਵਾਸਤੇ ਕੁਝ ਘਾਲਣਾ ਘਾਲਣਾ, ਤੁਸੀਂ ਐਵੇਂ ਬਾਹਰ ਮੂਰਤੀ ਪੂਜਾ ਦੇ ਪਿੱਛੇ ਲਗਾ ਦੇਣਾ। ਤੇ ਜਿਹਨੂੰ ਇਹ ਸ਼ਬਦ ਸੁਣਿਆ, ਤੇ ਅੱਜ ਉਹੀ ਕਿਹੜੀ ਸੰਗਤ, ਉਹੀ ਮੰਡਲੀ ਜਿਹੜੀ ਕਦੇ ਜਾਂਦੀ ਸੀ ਤੀਰਥ ਯਾਤਰਾ ਤੇ, ਤੇ ਜਦੋਂ ਕਰਤਾਰਪੁਰ ਆਇਆ ਨਾ, ਤੇ ਭਾਈ ਲਹਿਣਾ ਉਸ ਨਿਆਰੇ ਪੰਨ ਦੇ ਰਾਹ ਦਾ ਪੰਧੀ ਬਣਨ ਦੇ ਵਾਸਤੇ ਕਰਤਾਰਪੁਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ। ਪਾਠਸ਼ਾਲਾ ਕਿਹਾ ਜਾਂਦਾ ਸੀ ਉਸ ਸਮੇਂ, ਉਸ ਪਾਠਸ਼ਾਲਾ ਦੇ ਵਿੱਚ ਜਿਹਨੂੰ ਦਰਸ਼ਨ ਕੀਤੇ ਨਾ ਸੱਚੇ ਪਾਤਸ਼ਾਹ ਦੇ, ਤੇ ਆਪਣੇ ਨਾਲ ਆਈ ਹੋਈ ਸੰਗਤ ਨੂੰ ਕਹਿ ਦਿੱਤਾ ਵੀ ਭਾਈ ਹੁਣ ਮੇਰਾ ਰਾਹ ਇਹ ਨਹੀਂ। ਇਹ ਸੀ ਸਾਡਾ ਨਿਆਰਾਪਨ, ਕਿ ਇੱਕ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੁਣਾਉਂਦੇ ਸੀ ਤੇ ਕਾਇਮ ਪਲਟ ਗਈ। ਇੱਕ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੁਣਾਇਆ, ਮੱਕਾ ਆਪਣੇ ਹੱਕ ਦੇ ਵਿੱਚ ਕਰ ਲਿਆ। ਇੱਕ ਸ਼ਬਦ ਦੇ ਨਾਲ ਜਗਨਨਾਥ ਪੁਰੀ, ਉੱਥੇ ਦੇ ਜਿਹੜੇ ਪੰਡਿਤ ਹੰਕਾਰੀ ਪੰਡਿਤ, ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿ ਰਹੇ ਨੇ ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਜੋਗੀ ਜਿਹਨਾਂ ਨਾਲ ਤਿੰਨ ਵਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਵਿਚਾਰ ਹੋਈ, ਗੋਰਖ ਮੱਤੇ ਜਿਹਨੂੰ ਅੱਜ ਕੱਲ੍ਹ ਨਾਨਕ ਮੱਤਾ ਕਿਹਾ ਜਾਂਦਾ ਵੇ, ਸੁਮੇਰ ਪਰਬਤ ਤੇ ਚੜ੍ਹ ਕੇ ਬੈਠੇ ਸੀ। ਮੈਂ ਨਿਆਰੇ ਪੜ੍ਹਨ ਦੀ ਗੱਲ ਕਰ ਰਿਹਾ, ਫਿਰ ਅਚਲ ਬਟਾਲੇ ਹਾਰ ਕੇ ਕੋਈ ਕਹਿਣ ਲੱਗ ਪਏ ਧੰਨ ਨਾਨਕ ਤੇਰੀ ਵੱਡੀ ਕਮਾਈ, ਪਰ ਕਿੱਦਾਂ, ਇਕੱਲੇ ਬਾਣੀ ਨਾਲ ਨਹੀਂ, ਇੱਕ ਸ਼ਬਦ ਪੜ੍ਹਦੇ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ। ਤੇ ਉਹ ਐਸਾ ਇੱਕ ਸ਼ਬਦ ਹੁੰਦਾ ਸੀ, ਉਹ ਸਾਰਾ ਕੁਝ ਹੀ ਬਦਲ ਦਿੰਦਾ ਸੀ। ਦੇਖ ਲਓ ਨਾ, ਬੜੀ ਕਢਾਈ ਵਰਗੇ, ਸੱਜਣ ਖੜਕ ਵਰਗੇ, ਮਲਕ ਭਾਗੋ ਵਰਗੇ, ਜਿਹਨਾਂ ਦਾ ਕੰਮ ਹੀ ਇਹ ਸੀ ਕਿ ਲੁੱਟ ਕੇ ਖਾਣਾ ਲੋਕਾਂ ਨੂੰ, ਪਰ ਇੱਕ ਸ਼ਬਦ ਨੇ ਉਹਨਾਂ ਦੀ ਜ਼ਿੰਦਗੀ ਚੇਂਜ ਕਰ ਦਿੱਤਾ।
सच्चे पातशाह के राह के पांडी बनने के वास्ते भाई लैणा जी आए ने, अपनी सेवा करते ने। 7 साल उन्होंने सेवा की, इन्नी सारी जिंदगी हो गई सी, इदा का माण कभी नहीं सी मिलिया कि गुरु आप कहे भी अज को लैके जी मेरे अंदर जोत वस रही है ना, तो मैं तेरे अंदर देना, मैं तेनू मत्था टेकना चाहवा। आपां आपे गुरु चेला की गल करनी आ, आपे गुरु चेला वाली जी गल है गुरु नानक देव महाराज ने तोरी। भाई लहणा जी अब सिंघासन से बहते ने, जिहड़ी धन गुरु नानक देव महाराज आप नारायण कलाकार जग में परवरे हो, वो धन गुरु नानक देव महाराज की जिहड़ी जोत वे अज मत्था टेक के भाई लहणे के टका के कह दिता अज तू परमात्मा का अंग वे अंगत। तो सच्चे पातशाह धन गुरु नानक देव महाराज, फिर तुम एक वेखो ना कला वेखो कैसी है, जेडे आप गुरु आए उन्हें शरीर की गल ही मुका दिती, क्योंकि जो शरीर की गल होगी तो बाबा श्री चंद जी भी उत्थे, बाबा लक्ष्मीदास जी भी उत्थे, उन्होंने पुत्र से। जे कोई इन्होंने कोई गां अपनी घर वालों की गड्डी चलानी होगी नहीं, उन्हें जोत की खेड चलानी सी, उन्हें शब्द की खेड चलानी सी, जिदे नाल कि असी उस परमात्मा वाहिगुरु के नाल एक बिक हो सकते। उस न्यारे पल के आके भाई लहणे ने सेवा की, ऐसा माण मिलिया साढ़े दूजे गुरु धन गुरु अंगद देव महाराज बने। फिर देखो ना न्यारे पल की खेड, 60 साल हो गए, 60 साल देवी देवत्या की पूजा करद्या। एक दिन किसी ने कह दिता भी हाँ जी तुहाडा गुरु कौन है, कहिंदे नहीं जी हजे तक मैं गुरु नहीं धारिया। कहते फिर मैं तेने बुरे के हाथों का खाना खा लिया वे, पानी पी लिया वे, मेरा भी जन्म भरसिया गया। तो बीबी अमर गुरु एक ही शब्द सुनिया, धन गुरु अंगद देव महाराज की शरण के आके उस न्यारे मन की सेवा की, क्योंकि सेवा जिन्हें भी की ना शरीर की नहीं की, सेवा जोत की की। धन गुरु नानक देव महाराज वालों चलाए हुए शब्द की जी जोत सी, उसकी सेवा हुई है, ना कि शरीर की। शरीर नालों के सानू महाराज ने तोड़ ही दिता कि मत मेरा सिंह जान लवे भी किसी शरीरक बाबे को जाके या शरीरक गुरु को जाके मैं कुछ प्राप्ति होगी, नहीं, मैं जोत ही शब्द के टका जाना चाहवा। जरा इतने आएगा, इतने गोटे टेकेगा, इतने अपनी मंग मनवावेगा, तो गुरु साहब रहम कर लगेगा। अज वो जे क्योंकि जो शरीर के मूर्ति के कुछ मिलता हों, 60 साल हो गए धन गुरु अमरदास महाराज, अज ऐसी कला वरती, ऐसी कला वरती जो 12 साल उलागर ढोई, जिन्हों कभी कहा गया कि मेरा तो जन्म ही भ्रष्टिया गया, अज उन्हें दर्शन करके उस जोत के न्यारेपन के आके मिलता की है, ने माणिया माण, ने ताणिया ताण, ने उट्टिया ओट मिलती है, ने न्यासरिया जो कोई आसरे नहीं ना, जा को मुश्किल हथ बने ढोई कोई ना दे, लागू हो दुश्मना साख के भज खले, सबको भजे आसरा, जिदा कोई आसरा नहीं ना, उन्होंने गुरु अमरदास महाराज के दर का आसरा मिलता है। ते उस न्यारे पन दे विच आंदा कौन है, एक जतीम बच्चा, भाई जेठा, ना मां है ना प्यो, है घूड़िया वेच के गुजारा करता वे, नानी पिंड वासर की चढ़ाई कर गई है, अज ऐसी सेवा की, ऐसी सेवा की जोत ने, ऐसी कला वरपाई अपने कई रोड़ा पाते ना जी, करा मारनी जी होंगी कृपा ही, तो करा मार ते फिर धन गुरु रामदास महाराज के दर की फिर कला वरती, गुरु अमरदास महाराज ने बख्शिश की उस थड़े की सेवा के विचों, वो जतीम बच्चा जिन्हों कभी खाने को रोटी नहीं मिलती, जिन्हों वह टब्बर ही कहता कि यह कितने पले पै गया, वो जोत की ऐसी कला वरती कि धन धन रामदास गुर जिन सिरिया जिन्हें सवारिया पूरी हुई परामात, आप सिरजनहार धारिया, उस सिरजनहार की जोत ने आप मान दिता, आप धारिया, आप धन गुरु रामदास महाराज का जड़ा सी वो सारी कला वरती। तो फिर पंजवें पातशाह ने सानू उस जोत के राही दिता की है कि मेरा सिर उसे एवें ना भटकता फिरे, मैं उन्होंने शब्द के लड़ लाने के वास्ते एक बाणी का ग्रंथ तैयार किया, क्योंकि पहला बाणी पोथियों के
ਪੋਥੀਆਂ ਦੇ ਵਿੱਚ ਸੀ ਤੇ ਉਹ ਥਾਂ ਥਾਂ ਤੇ ਪਈਆਂ ਹੋਈਆਂ ਸੀ। ਇੱਕ ਥਾਂ ਤੇ ਜਦੋਂ ਭਾਈ ਗੁਰਦਾਸ ਜੀ ਨੂੰ ਵਿਖਾਇਆ ਗਿਆ ਤੇ ਸੱਚੇ ਪਾਤਸ਼ਾਹ ਨੇ ਇੱਕ ਬਚਨ ਕੀਤਾ, ਹੁਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਕਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰੰਗ ਗੁਰ ਗਮ ਹਰ ਦਮ ਮਹਿ ਜਮ ਹਰ ਕੰਠ ਨਾਨਕ ਪੁਰਹਾਰੀ ਰੇ। ਕਿਉਂਕਿ ਇਹ ਮੇਰੀ ਪਿਆਰੀ ਹੈ ਜਿਹੜੀ ਲਿਖ ਦਿੱਤੀ ਨਾ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਅਰਜਨ ਦੇਵ ਮਾਲਕ ਨੇ ਮੇਰੀ ਪਿਆਰੀ ਹੈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਇਹਦੇ ਵਿੱਚ ਅੰਮ੍ਰਿਤ ਰੂਪੀ ਨਾਮ ਹੈ। ਤੇ ਜਿਹੜਾ ਇਹਦੇ ਦਰਸ਼ਨ ਕਰੇਗਾ, ਇਹਦੇ ਦਰਸ਼ਨ ਕਰਨਾ ਇਹ ਨਹੀਂ ਰੁਮਾਲਾ ਚੁੱਕਿਆ ਦਰਸ਼ਨ ਕੀਤੇ ਤੇ ਚੱਲ ਪੜ੍ਹਨੀ ਬਾਬੇ ਦਾ ਕੰਮ ਨਹੀਂ, ਜਿਹੜਾ ਪੜ੍ਹ ਕੇ ਦਰਸ਼ਨ ਕਰੇਗਾ ਨਾ, ਦਰਸ਼ਨ ਪਰਸਨ ਸਤਸਨ ਹਰਸਨ ਉਹਨੂੰ ਹਰਿਆ ਕਰ ਦੇਵੇਗੀ, ਉਹਦੇ ਜੀਵਨ ਦੇ ਵਿੱਚੋਂ ਦੁੱਖ ਕਲੇਸ਼ ਨਾਮ ਦੀ ਚੀਜ਼ ਹੀ ਖਤਮ ਹੋ ਜਾਵੇਗੀ। ਤੇ ਪਾਤਸ਼ਾਹ ਕਹਿੰਦੇ ਖਿਨ ਰੰਗ ਗੁਰ ਕੰਮ ਹਰ ਦਮ ਨਹਿ ਜਮ, ਜਿਹੜਾ ਹਰ ਦਮ ਜਾਂ ਇੱਕ ਖਿਨ ਵੀ ਇਸ ਬਾਣੀ ਦੇ ਲੜ ਲੱਗੇਗਾ ਨਹਿ ਜਮ, ਉਹਨੂੰ ਜਮ ਨਹੀਂ ਲੈਣਾ, ਕਿਉਂਕਿ ਮਰਨਾ ਹਰੇਕ ਨਹੀਂ ਹੈ। ਪਰ ਕੋਈ ਗੁਰਮੁਖ ਦੀ ਤਿਆਈ ਇਸ ਸੰਸਾਰ ਤੋਂ ਆਪਣਾ ਜੀਵਨ ਸਫਲਾ ਕਰਕੇ ਜਾਵੇਗਾ, ਕੋਈ ਮਨਮੁਖ ਦੀ ਤਿਆਈ ਆਪਣੇ ਜੀਵਨ ਦੇ ਵਿੱਚ ਭਟਕਣਾ ਲੈ ਕੇ ਦੁਬਾਰਾ ਦੁਬਾਰਾ 84 ਲੱਖ ਜੀਵਨਾਂ ਦੇ ਵਿੱਚ ਆਵੇਗਾ। ਤੇ ਪਾਤਸ਼ਾਹ ਕਹਿੰਦੇ ਜਿਹੜਾ ਇੱਕ ਖਿਨ ਵੀ ਇਸ ਬਾਣੀ ਦੇ ਨਾਲ ਜੁੜੇਗਾ ਨਾ ਨਹਿ ਜਾਵੇਗਾ ਸੱਚੇ ਪਾਤਸ਼ਾਹ। ਕਿਉਂ? ਹਰ ਕੰਠ ਨਾਨਕ ਹੋਰ ਆਹਾਰੀ ਦੇ, ਇਹ ਹਰੀ ਪਰਮਾਤਮਾ ਦੇ ਕੰਠ ਦੇ ਵਿੱਚੋਂ ਉਚਾਰੀ ਹੋਈ। ਫਿਰ ਇਸ ਨਿਆਰੇ ਪੰਨ ਦੀ ਵਾਰੀ ਆਉਂਦੀ ਹੈ, ਇਹਦੇ ਵਿੱਚ ਪ੍ਰਵਾਨ ਪੰਚ ਹੋਏ ਨੇ, ਜਿਹੜੇ ਪੰਚ ਜਨ ਹੁੰਦੇ ਨਾ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਣ, ਪੰਚ ਕੌਣ ਨੇ? ਜਿਨ੍ਹਾਂ ਨੇ ਨਾਮ ਹੀ ਜਪਿਆ, ਜਿਨ੍ਹਾਂ ਨੇ ਗੁਰੂ ਗੁਰੂ ਹੀ ਕੀਤਾ ਹੋਵੇ, ਜਿਨ੍ਹਾਂ ਨੇ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੋਵੇ, ਜਿਨ੍ਹਾਂ ਨੇ ਆਪਣਾ ਜੀਵਨ ਬਾਣੀ ਵਰਗਾ ਹੀ, ਗੁਰਬਾਣੀ ਬਣੀ ਹੈ, ਗੁਰਬਾਣੀ ਵਰਗਾ ਹੀ ਆਪਣਾ ਜੀਵਨ ਬਣਾ ਲਿਆ ਹੋਵੇ, ਉਹ ਪੰਚ ਜਨ ਇਸ ਦਰ ਤੇ ਪ੍ਰਮਾਣ ਹੁੰਦੇ ਨੇ। ਉਹਨਾਂ ਪੰਜ ਜਨਾਂ ਦੇ ਵਿੱਚੋਂ ਵਾਰੀ ਆਉਂਦੀ ਹੈ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਉਦਾ ਜੀ ਤੇ ਨਾਲ ਭਾਈ ਜੈਤਾ ਜੀ, ਜਿਹੜੇ ਸੀਸ ਲੈ ਕੇ ਆਉਂਦੇ ਨੇ। ਅੱਜ ਹੁਣ ਉਹ ਵਾਰੀ ਆ ਜਾਂਦੀ ਹੈ ਜਦੋਂ ਸੀਸ ਲੈ ਕੇ ਆਉਂਦੇ ਨੇ ਨਾ, ਮੈਂ ਖਾਲਸਾ ਸਾਜਨਾ ਦੇ ਉੱਤੇ ਆਉਣ ਲੱਗਾ। ਸੱਚੇ ਪਾਤਸ਼ਾਹ ਨੇ ਗੋਬਿੰਦ ਰਾਏ 9 ਸਾਲ ਦੀ ਉਮਰ ਹੈ, ਜਦੋਂ ਮਹਾਰਾਜ ਨੇ ਪੁੱਛਿਆ ਕਿ ਜੈਤਿਆ ਜਦੋਂ ਇਹ ਸੀਸ ਕਲਮ ਕਰਨ ਲੱਗੇ ਸੀ ਉੱਥੇ ਕੋਈ ਸਿੱਖ ਨਹੀਂ ਸੀ ਹੈ, ਕਿਉਂਕਿ ਬੜਿਆਂ ਨੂੰ 9 ਜੋਤਾਂ ਨੇ ਬਾਣੀ ਦੇ ਲੜ ਲਾਇਆ ਹੋਵੇ, ਸ਼ਬਦ ਦੇ ਲੜ ਲਾਇਆ ਹੋਵੇ, ਨਿਆਣਾ ਪੰਨ ਵੀ ਦਿੱਤਾ ਹੋਵੇ। ਜੇ ਆਪਾਂ ਕਹਿ ਦਈਏ ਕੱਲੀ ਬਾਣੀ ਪੜ੍ਹਾਈਏ, ਨਹੀਂ, 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਨੂੰ ਸਾਜ ਕੇ ਨਾਲ ਕਪਾਣ ਵੀ ਹੱਥ ਦੇ ਵਿੱਚ ਫੜਾਈ ਹੈ, ਪਰ ਕੋਈ ਬੋਲਿਆ ਨਹੀਂ ਉੱਥੇ, ਉੱਥੇ ਕੋਈ ਸਿੱਖ ਨਹੀਂ ਸੀ ਹੈ। ਭਾਈ ਜੈਪਾ ਜੀ ਕਹਿੰਦੇ ਪਾਤਸ਼ਾਹ ਸਿੱਖ ਬੜੇ ਹੀ ਸੀ ਉੱਥੇ, ਪਰ ਪਤਾ ਨਹੀਂ ਸੀ ਲੱਗਦਾ ਵੀ ਕੌਣ ਹੈ। ਸੱਚੇ ਪਾਤਸ਼ਾਹ ਇੱਕ ਵਰਗੇ ਦਿਖਦੇ ਸੀ ਸਾਰੇ, ਉਹਨਾਂ ਦੀ ਕੋਈ ਵੱਖਰੀ ਪਹਿਚਾਣ ਨਹੀਂ ਸੀ ਹੁੰਦੀ ਕਿ ਕਹਿ ਸਕੀਏ ਵਾਕਈ ਗੁਰੂ ਦਾ ਸਿੱਖ। ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਫਿਰ ਕੋਈ ਬੋਲਿਆ ਨਹੀਂ ਜਦੋਂ ਉੱਥੇ ਤਲਵਾਰ ਚੱਲੀ। ਮਹਾਰਾਜ ਕਹਿੰਦੇ ਸਾਰੇ ਔਰੰਗਜ਼ੇਬ ਡਰੇ ਹੋਏ ਸੀ ਕਿ ਕਿਤੇ ਔਰੰਗਜ਼ੇਬ ਸਾਨੂੰ ਵੀ ਨਾ ਮਾਰ ਦੇਵੇ। ਪਾਤਸ਼ਾਹ ਇੱਕ ਐਲਾਨ ਕਰਦੇ ਨੇ, ਕਹਿੰਦੇ ਮੈਂ ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ, ਜਾਤ ਕਰੈ ਹੰਦੀ ਗੁਰਿਆਈ, ਨਹੀਂ ਕੋ ਸਰਦਾਰ ਬਣਾਊ, ਚਿੜੀਓ ਸੇ ਮੈਂ ਬਾਜ ਪੜਾਊ, ਕਿਧਰੋਂ ਸੇ ਮੈਂ ਸ਼ੇਰ ਬਣਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ, ਪਹਿਲਾਂ ਮੈਂ ਇਹਨਾਂ ਨੂੰ ਸ਼ੇਰ ਬਣਾਵਾਂਗਾ, ਫਿਰ ਆਪਣੇ ਨਾਮ ਦੇ ਨਾਲ ਸਿੰਘ ਲਾਵਾਂਗਾ। ਤੇ ਤੁਸੀਂ ਦੇਖਿਓ 1699 ਦੀ ਵਿਸਾਖੀ ਵਾਲੇ ਦਿਨ ਜਿਸ ਦਿਨ ਖਾਲਸਾ ਸਾਜਿਆ ਗਿਆ, ਪਹਿਲਾਂ 5 ਨੇ ਸਿਰ ਦਿੱਤੇ, ਉਹਨਾਂ 5 ਨੂੰ ਅੰਮ੍ਰਿਤ ਛਕਾਇਆ, ਦਇਆ ਰਾਮ ਤੋਂ ਦਇਆ ਸਿੰਘ ਬਣਿਆ, ਤੇ ਫਿਰ ਜਾ ਕੇ ਕਿਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਿਆ। ਮਹਾਰਾਜ ਨੇ ਆਪਣੇ ਬਚਨਾਂ ਤੇ ਅਟਲ ਕਰਕੇ ਸਾਰਾ ਕੁਝ ਵਿਖਾਇਆ। ਇਹ ਕਿਤੇ ਐਵੇਂ ਨਹੀਂ ਹੋ ਗਿਆ ਵੀ ਬਸ 1675 ਦੇ ਵਿੱਚ ਕਿਹਾ ਤੇ 1699 ਵਿੱਚ ਕਰ ਦਿੱਤਾ, ਬੜਾ ਕੁਝ ਕਰਨਾ ਪਿਆ ਉਹਦੇ ਵਿੱਚ। 1688 ਨੂੰ ਜੰਗ ਵੀ ਹੋਈ, ਭੰਗਾਣੀ ਦੀ ਜੰਗ ਵੀ ਹੋਈ ਹੈ, ਖਾਲਸਾ ਸਾਜਣ ਤੋਂ ਪਹਿਲਾਂ 3 ਜੰਗਾਂ ਹੋ ਚੁੱਕੀਆਂ ਮੁਗਲਾਂ ਦੇ ਨਾਲ ਤੇ ਪਹਾੜੀ ਰਾਜਿਆਂ ਦੇ ਨਾਲ। ਇਹ ਪਹਾੜੀ ਰਾਜੇ ਉਹੀ ਨੇ ਜਿਨ੍ਹਾਂ ਦੇ ਕਦੀ ਵੱਡੇ ਵਡੇਰੇ ਗਵਾਲੀਅਰ ਦੇ ਕਿਲੇ ਵੀ ਛਡਾਏ ਸੀ, ਪਰ ਨਮਕ ਹਰਾਮ ਅਕਿਰਤ ਘਣ ਨਿਕਲੇ, ਉਹਨਾਂ ਦੇ ਨਾਲ ਜੰਗਾਂ ਵੀ ਹੋਈਆਂ। ਪਰ ਅੱਜ ਉਹ ਦਿਨ ਆ ਗਿਆ ਵੇ ਜਿਸ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪੰਥ ਚਲਾਏ ਹੋਏ ਨੂੰ ਨਿਰਮਲ ਪੰਥ ਚਲਾਇਆ ਸੀ ਜਿਹੜਾ, ਉਹਨੂੰ ਖਾਲਸ ਰੂਪ ਦੇ ਹੁੰਦਾ।
ਨਿਰਮਲ ਦੇ ਵਿੱਚ ਤੇ ਖਾਲਸ ਦੇ ਵਿੱਚ ਕੋਈ ਜ਼ਿਆਦਾ ਅੰਤਰ ਨਹੀਂ। ਨਿਰਮਲ ਤੋਂ ਵੀ ਭਾਵ ਹੈ ਨਿਰਮਲ, ਮੈਲ ਤੋਂ ਰਹਿਤ, ਤੇ ਖਾਲਸ ਦਾ ਮਤਲਬ ਵੀ ਸ਼ੁੱਧ ਵਿੱਚ, ਜੋਤ ਵੀ ਉਹੀ, ਸਾਰਾ ਕੁਝ ਉਹੀ ਚੱਲ ਰਿਹਾ। ਪਰ ਇੱਥੇ ਕੀ ਇਹ ਜੋਤ ਤੇ ਜੁਗਤ ਵਿੱਚ ਜਿਹੜੀ ਉਹ ਸ਼ਬਦ ਦੇ ਵਿੱਚ ਟਿਕਾ ਦੇਣੀ ਹੈ ਪਾਤਸ਼ਾਹ ਨੇ, ਤੇ ਜਿਹੜਾ ਕਾਇਆ ਮੇਰਾ ਜਿਹਦੇ ਪਿੱਛੇ ਲੋਕ ਲੱਗੇ ਫਿਰਦੇ ਨੇ ਉਹ ਇਸ ਤਰੀਕੇ ਦੀ ਕਰ ਦੇਣੀ ਹੈ ਕਿ ਪੰਜ ਆਉਣਗੇ ਫੈਸਲੇ ਦੇਣਗੇ ਪੰਥ ਨੂੰ ਤੇ ਉਹ ਕਾਇਆ ਦੀ ਜਿਹੜੀ ਸਮਾਪਤੀ, ਅਗਲੀ ਵਾਰੀ ਫਿਰ ਪੰਜ ਆਉਣਗੇ ਉਹ ਪੰਥ ਨੂੰ ਫੈਸਲਾ ਦੇਣਗੇ, ਕਾਇਆ ਦੀ ਸਮਾਪਤੀ। ਕਾਇਆ ਦੇ ਨਾਲ ਸਰੀਰ ਦੇ ਨਾਲ ਨਹੀਂ ਜੁੜਨਾ, ਜੋਤ ਤੇ ਜੁਗਤ ਵਿੱਚ ਜਿਹੜੀ ਉਹ ਹਮੇਸ਼ਾ ਦੇ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹਮੇਸ਼ਾ ਹੀ ਜੁਗੋ ਜੁਗ ਅਟਲ ਰਹੇਗੀ। ਅੱਜ ਉਹ ਦਿਨ ਹੁੰਦਾ ਵੇ, ਕਿਹਾ ਜਾਂਦਾ ਵੇ, ਜਿਸ ਤਰ੍ਹਾਂ ਆਪਾਂ ਸਾਰਿਆਂ ਨੇ ਇਤਿਹਾਸ ਸੁਣਿਆ ਹੈ ਕਿ ਅੰਮ੍ਰਿਤ ਵੇਲਾ ਹੁੰਦਾ, ਆਸਾ ਦੀ ਵਾਰ ਦੇ ਕੀਰਤਨ ਦੇ ਦੀਵਾਨ ਸਜਦੇ ਨੇ, ਭੋਗ ਪਾਏ ਜਾਂਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਆਰ ਬਾਰ ਤਿਆਰ ਹੋ ਕੇ ਅੱਜ ਦੀਵਾਨ ਹਾਲ ਦੇ ਵਿੱਚ ਸਟੇਜ ਤੇ ਆਉਂਦੇ ਨੇ ਤੇ ਸ਼ਮਸ਼ੀਰ ਲਹਿਰਾਉਂਦੇ ਇੱਕ ਐਲਾਨ ਕਰਦੇ ਨੇ, ਹੈ ਕੋਈ ਸਿੱਖ ਬੇਟਾ ਜੋ ਸੀਸ ਕਰੇ ਭੇਟਾ, ਕਿ ਕੋਈ ਸਿੱਖ ਹੈ ਵੇ, ਮੇਰੀ ਸ਼ਮਸ਼ੀਰ ਅੱਜ ਇੱਕ ਸੀਸ ਦੀ ਮੰਗ ਕਰ ਰਹੀ ਹੈ। ਤੇ ਕਿਹਾ ਜਾਂਦਾ ਵੇ ਇਸ ਤਰੀਕੇ ਦੇ ਨਾਲ ਕਿ ਪਹਿਲੀ ਆਵਾਜ਼ ਤੇ ਨਹੀਂ ਉੱਠਿਆ ਕੋਈ, ਪਰ ਮੈਂ ਇੱਕ ਬੇਨਤੀ ਕਰਦਿਆਂ, ਜਿਹੜੇ ਪੰਜ ਆਏ ਸੀ ਨਾ, ਦਇਆ ਰਾਮ ਧਰਮ ਚੰਦ ਹਿੰਮਤ ਰਾਏ ਮੋਹਕਮ ਚੰਦ ਸਾਹਿਬ ਚੰਦ, ਭਾਈ ਦਇਆ ਰਾਮ ਜੀ 1677 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਚੁੱਕੇ ਨੇ ਅਨੰਦਪੁਰ ਸਾਹਿਬ, ਔਰ 22 ਸਾਲ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਦੀ ਸ਼ਰਨ ਦੇ ਵਿੱਚ ਰਹੇ ਨੇ। ਭੰਗਾਣੀ ਦੀ ਜੰਗ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਵੇ, ਨਦੌਣ ਦੀ ਜੰਗ, ਭਦੌੜ ਦੀ ਜੰਗ, ਇਹਦੇ ਵਿੱਚ ਭਾਈ ਦਇਆ ਸਿੰਘ ਵੀ ਹਿੱਸਾ ਲਿਆ ਵੇ। ਉੱਥੇ ਉਹ ਭੱਜੇ ਸੀ, ਉਹਨਾਂ ਨੂੰ ਪਹਿਲੀ ਆਵਾਜ਼ ਨਹੀਂ ਸੀ ਸੁਣੀ, ਜਿਹੜੇ ਮੇਰੇ ਅੱਗੇ ਕਈ ਮਸੰਦੀ ਸੀ ਜਿਨ੍ਹਾਂ ਨੇ ਗੁਰਦੁਆਰੇ ਦਾ ਪਹਿਲਾਂ ਲੰਗਰ ਹੀ ਖਾਧਾ, ਉਹਨਾਂ ਨੂੰ ਉਹਦੇ ਮਗਰ ਪੈ ਗਿਆ ਵੀ ਇਹਨਾਂ ਗੁਰੂ ਸਾਹਿਬ ਨੇ ਅੱਜ ਕੀ ਖੇਡ ਚਲਾ ਦਿੱਤੀ, ਅੱਗੇ ਤਾਂ ਚਲੋ ਲੰਗਰ ਬਣਦੇ ਹੀ, ਦੀਵਾਨ ਸਕਦੇ ਹੀ, ਚਲੋ ਮਹਾਰਾਜ ਨੇ ਰਣਜੀਤ ਨਿਵਾਰਾ ਵੀ ਬਣਾ ਦਿੱਤਾ, ਜੰਗ ਯੁੱਧ ਵੀ ਹੁੰਦੇ ਸੀ, ਅੱਜ ਤੇ ਮਹਾਰਾਜ ਆਪ ਹੀ ਕੱਢਣ ਵਾਸਤੇ ਸਿਰ ਮੰਗਣ ਲੱਗ ਪਏ। ਹੁਣ ਜਿਹਦੇ ਖਾਧੇ ਰਾਜਨ ਹੋਵੇ, ਜਿਹਦਾ ਕੋਈ ਸ਼ਬਦ ਦੇ ਨਾਲ ਬਾਣੀ ਦੇ ਨਾਲ ਵਾਹ ਵਾਸਤਾ ਹੀ ਨਾ ਹੋਵੇ, ਉਹਨਾਂ ਨੂੰ ਤੇ ਫਿਰ ਭੱਜਣਾ ਪੈਣੀ ਸੀ। ਪਰ ਕਹਿੰਦੇ ਵੀ ਪਾਤਸ਼ਾਹ ਨੇ ਜਦੋਂ ਆਵਾਜ਼ ਦਿੱਤੀ, ਦਇਆ ਰਾਮ ਜਿਹੜਾ 22 ਸਾਲ ਤੋਂ ਧੰਨ ਗੁਰੂ ਗੋਬਿੰਦ ਰਾਏ ਜੀ ਦੀ ਸ਼ਰਨ ਦੇ ਵਿੱਚ ਆਇਆ ਹੋਇਆ, ਉਸ ਨੇ ਉੱਠ ਕੇ ਆਪਣਾ ਸੀਸ ਦਿੱਤਾ ਤੇ ਕਹਿਣ ਲੱਗਾ, ਪਾਤਸ਼ਾਹ ਦਾਸ ਬਹੋਰ ਤੂੰ ਇਹ ਸੀਸ ਤੁਹਾਡੇ ਅੱਗੇ ਹਾਜ਼ਰ ਵੇ, ਇਹ ਤਨ ਵੀ ਤੇਰਾ, ਮਨ ਵੀ ਤੇਰਾ, ਅੱਜ ਤੂੰ ਇਹ ਸਾਰਾ ਕੁਝ ਤੇਰਾ, ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਕਿਹਾ ਜਾਂਦਾ ਵੇ ਕਿ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਉਸ ਨੂੰ ਬਾਹੁ ਫੜ ਕੇ ਅੰਦਰ ਲੈ ਕੇ ਜਾਂਦੇ। ਇੱਕ ਗੱਲ ਮੈਂ ਸਪਸ਼ਟ ਕਰਦੇ ਹਾਂ, ਸਾਡੇ ਵਿੱਚ ਅੱਜ ਕੱਲ੍ਹ ਜਿਹੜਾ ਨਾ ਤਰਕਵਾਦੀ ਸਿਸਟਮ ਜਿਹਾ ਬੜਾ ਚੱਲ ਪਿਆ, ਪਰ ਗੱਲ ਇਹ ਵੀ ਗੁਰਤੀ ਕਰਨੀ ਕਾਹਦੇ ਭਾਵੋ, ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਨੇ ਕੀਤਾ, ਗੁਰੂ ਨੇ ਤੇ ਆਪਣਾ ਪਿਤਾ ਤੋੜ ਦਿੱਤਾ, ਤੋੜ ਲਾਂਗੇ, ਗੁਰੂ ਨੇ ਤੇ ਆਪਣੇ ਚਾਰ ਪੁੱਤ ਵਾਰ ਦਿੱਤੇ, ਵਾਰ ਦਿਆਂਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਜੋਤ ਲੈਣੀ ਨੂੰ ਦੇ ਦਿੱਤੀ, ਅਸੀਂ ਪ੍ਰੋਪਰਟੀ ਹੋਰ ਕਿਸੇ ਨੂੰ ਦੇ ਦਿਆਂਗੇ। ਇਸ ਕਰਕੇ ਜੋ ਗੁਰੂ ਨੇ ਕਰ ਦਿੱਤਾ, ਉਹ ਗੁਰੂ ਦੀ ਕਲਾ, ਉਹ ਗੁਰੂ ਦੀ ਕਿਰਪਾ, ਉਹ ਗੁਰੂ ਦਾ ਤਰਸ ਕਿਤੇ ਤੇ ਕੀਤਾ, ਤੂੰ ਕਿਉਂ ਭੰਨਾ ਪਿਆ ਵੇ, ਤੈਨੂੰ ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਨੇ ਤੈਨੂੰ ਕਿਹਾ ਵੇ ਉਹ ਕਰ, ਗੁਰੂ ਨੇ ਤੈਨੂੰ ਕਿਹਾ ਅੰਮ੍ਰਿਤ ਵੇਲੇ ਉੱਠ, ਨਾਨਕ ਦੀ ਬਾਣੀ ਕਹਿ ਰਹੀ ਹੈ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਇਹ ਜਿਹੜੀ ਬਾਣੀ ਹੈ ਨਾ ਇਹ ਸਭ ਤੋਂ ਉੱਤਮ ਹੈ, ਤੈਨੂੰ ਗਾਉਂਦਾ ਕਿਉਂ, ਤੂੰ ਕਿਉਂ ਕਹਿ ਰਿਹਾ ਕਿ ਗੁਰੂ ਨੇ ਕੀ ਕੀਤਾ ਉਸ ਦਿਨ, ਤੇਰਾ ਇਹ ਹੱਕ ਨਹੀਂ, ਗੁਰ ਕਹਿਆ ਸਾਕਾਰ ਕਮਾਵੋ, ਤੈਨੂੰ ਇਹ ਬਚਨ ਮੰਨਣਾ ਚਾਹੀਦਾ। ਗੁਰ ਸਤਿਗੁਰ ਕਾ ਜੋ ਸਿੱਖ ਉੱਦਾਂ ਦੇ ਗੁਰੂ ਦੇ ਸ਼ੰਕੇ ਕਰਨ ਡਿਆ ਵੇ, ਪਰ ਅਖਵਾਉਣਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਵੇ, ਤੇ ਪਾਤਸ਼ਾਹ ਫਿਰ ਪਤਾ ਕੀ ਕਹਿੰਦੇ ਨੇ, ਕਹਿੰਦੇ ਗੁਰ ਸਤਿਗੁਰ ਕਾ ਜੋ ਸੇਕਾ ਗਾਏ ਸੋ ਭਲਕੇ ਉਠਾ ਨਾਮ ਧਿਆਵੈ, ਗੱਲਾਂ ਤੇ ਬੜੀਆਂ ਕਰਨਾ ਵੀ ਭਲਕੇ ਉੱਠਣਾ ਵੇ, ਅੰਮ੍ਰਿਤ ਵੇਲੇ ਉੱਠਦਾ ਵੇ, ਨਾਮ ਧਿਆਉਣਾ ਵੇ, ਜੇ ਤੂੰ ਇਹ ਹੀ ਨਹੀਂ ਕਰਦਾ ਤੇ ਫਿਰ ਗੱਲੀ ਯੋਗ ਨਾ ਹੋਈ, ਗੱਲੀ ਅਸੀਂ ਚੰਗੀਆਂ ਆ ਚਾਰੀ ਬੋਲੀਆਂ ਮਨੋ ਮਨੋ ਸੁੱਧਾ ਕਾਲੀਆਂ, ਉਸ ਨੂੰ ਕਾਲੇ ਹੋਏ ਪਏ ਆ, ਬਾਹਰੋਂ ਚਿੱਟਦੀਆਂ ਬਾਹਰ ਚੋਲੇ ਚਿੱਟੇ ਚਿੱਟੇ ਪਾਏ,
सच्चे पातशाह रहमत करना कितने गुरु के कई आशे अनुसार असं चल सकी अपने जीवन में बतीत करने की जांच सीख सकी। दूजे नंबर पर धर्मदास कई ने धर्मचंद लिखे वो दिल्ली को आते हस्तनापुर कई ने लिखे पातशाह कहते दिल्ली को जिथों कदे धर्म की आवाज ही नहीं उठी ना तू धर्म पैदा करा। धर्मचंद अंदर लैके जाके कहते सरल कर दी आवाज आई है खून दिया लवान ने जड़िया वो छा जा ने खून चारे पासे छा जाता है जो तीजी आवाज पी वो जो मसंद उठे जिन्हें खाधा ही कला राशन ने जिन्हों का कोई जोत के नाल शब्द के नाल बाणी के नाल कोई लैन देन नहीं कि अमृत में उठ के नहीं वेख्या क्योंकि गुरु का जिगरा बड़ा वड्डा जे गुरु अगे घरों में पाल दे गुरु के घर के कई वह भी पालने ने जिन्होंने गुरु गुरी कभी किया ही नहीं जेडे गुरु के लड़ लगे ही नहीं जिन्होंने सारी उम्र यही कहा कि गुरु की होगा गुरु उन्होंने भी पाली जाता तो उन्होंने फिर जाके ना मां गुजर कौर को माता गुजरी को जाके शिकायत लाई कि अच्छे तेरे पुत्र को की हो गया है वो तो शीश ही मंगी जाते हैं मां कहती है खान पीन सिर है मैं तुम इतने रहो ओदिया खेडा ही जाने क्यों क्योंकि वह परमात्मा की जोत आप नारायण कलाकार अज नारायण ने तुम खालस रूप देना है तो खालस रूप के आएगा जरा इस जोत के नाल इस बाणी के नाल पहला कुछ जुड़िया होगा। आप जो पांच प्यारे कमरे में सिखा लगते हैं तो पहला पूछते हैं कि तेरा मन करता वे कि किसी ने कह की शकल लगा मन किया गुरु ने सुना कि पहली बार नहीं हो सच्चे पातशाह गुरु गोबिंद महाराज नहीं सी सुनिया धन गुरु नानक देव महाराज बाणी च कह रहे हैं वारा के वधीक 1413 नंबर से महाराज कहते सिर धर तली गली मिली आओ एक मार्ग पैर खरीदा सिर दीजा कान ना कीजा इतने कानिया की लड़ नहीं इतने सिर देन वाले की लड़ भावे थोड़े ही हो जिसे को तीन पुत्र ने वो इधर भेटा करो घोड़े लिया विशाले लिया शस्त्र लिया यह शीस पहला भी तीन बारी मंगे गए पर अज शीस सच दे विच मंगे गए तीजे नंबर से हिम्मत राय हुंदा वे चौथे नंबर से पुत्र मोहन दास फिर पुत्रा साहिब इन्होंने अपने अपने शीस दिते महाराज इन्होंने अंदर लैके जाते हैं ले जाके क्या जाता वे जो शीस लह गए शीस लह गए खून दारा मर गई धन गुरु गोबिंद महाराज ने कैसी कला वरताई दमाले बने हुए ने चोले पाए हुए ने दस्तारा बनिया ने उत्तों की श्री साहबा पाई ने अज पंजा लिया के असी हजार के कट के बाहर खड़े कर दिया सारे हके पके रह गए भी खून भी बगन डे है सारा कुछ हो रहा वे पर एक ही कला वरता दी पातशाह तुसी शीस मंगे सी इन्ना शीस दिते मर गए पर सतगुर मेरा मार जी बाजे वो चाहे वो मरिया नूं जवाब ते अज गुरु ने कृपा की उन्हां पंजां नूं तैयार बार तैयार करके दवान हाल दे विच लिया के अज एक कला वरताउण लगे ने पहला चरण पौड़ वंडी जांदी सी अज पातशाह कहते मैं तेन चरणों भी तोड़ देना क्योंकि शरीर के नाल तोड़ना सी शब्द के नाल जोड़ना सी एक बाटा लिया गया जल लिया गया पतासे मां जी तो ने पाए क्योंकि मां साहब देवा मां साहब कोर 1701 के विच आउंदी है मां जी तो ने पतासे पाए ते पातशाह धन गुरु गोबिंद सिंह महाराज आप खंडा विच फड़ के फिरन लगे ने पर एक गल सिखो जरूर याद रखियो पातशाह ने उठे बाणी क्यों पढ़ी कल कोई उठ के ना कह दे वे कि मैं भी खंडा फड़ लैना वा वाटे दे विच पानी घोलना पतासे पाने नहीं जदों तक उस अमृत दे विच उस पानी विच उन्हां पतासियां नूं घोलण वास्ते पंज बाणियां नहीं पढ़ियां जांदियां वो अमृत नहीं
ਬਾਣੀ ਤੋਂ ਬਿਨਾਂ ਨਾ ਜੋਤ ਸੀ, ਬਾਣੀ ਤੋਂ ਬਿਨਾਂ ਨਾ ਅੰਮ੍ਰਿਤ ਵੇ, ਬਾਣੀ ਤੋਂ ਬਿਨਾਂ ਬਾਣਾ ਕਿਸੇ ਕੰਮਣਾ ਨਹੀਂ, ਕਿਉਂਕਿ ਜੇ ਬਾਣੀ ਦੇ ਅਧੀਨ ਬਾਣਾ ਨਹੀਂ ਨਾ ਉਹ ਬਾਣਾ ਬੜੀਆਂ ਖਰਾਬੀਆਂ ਕਰੇਗਾ। ਸੱਚੇ ਪਾਤਸ਼ਾਹ ਨੇ ਰਹਿਮਤ ਕਰਕੇ ਉੱਥੇ ਪੰਜ ਬਾਣੀਆਂ ਪੜੀਆਂ, ਜਪਜੀ ਸਾਹਿਬ ਪੜਿਆ ਗਿਆ। ਮਹਾਰਾਜ ਕਹਿੰਦੇ ਤੈਨੂੰ ਮੈਂ ਕਰਮ ਖੰਡ ਲੰਘਾ ਕੇ, ਗਿਆਨ ਖੰਡ, ਧਿਆਨ ਖੰਡ, ਸ਼ਰਮ ਖੰਡ ਲੰਘਾ ਕੇ ਤੈਨੂੰ ਕਰਮ ਖੰਡ ਦਾ ਵਾਸੀ ਬਣਾ ਲਾਂਗਾ। ਕਰਮ ਖੰਡ ਦੇ ਵਿੱਚ ਜਾਂਦੇ ਕੋਲ ਨੇ, ਜਿੱਥੇ ਹੋਰ ਨਾ ਕੋਈ ਹੋਰ, ਜਿੱਥੇ ਜੋਧ ਮਹਾਂਪੁਰਸ਼ ਹੋਣ ਉੱਥੇ ਸੀਸ ਦੇਣ ਵਾਲੇ ਹੀ ਜਾਂਦੇ, ਜੋਧੇ ਜਾਂਦੇ। ਧੰਨ ਬਾਬਾ ਦੀਪ ਸਿੰਘ ਵਰਗੇ, ਧੰਨ ਬਾਬਾ ਬੁੱਢਾ ਸਾਹਿਬ ਜਿਹੜੇ ਸਾਰੀ ਉਮਰ ਹੀ ਗੁਰੂ ਪਾਤਸ਼ਾਹ ਦੇ ਦਰ ਤੇ ਲਾ ਦਿੱਤਾ। ਮਹਾਰਾਜ ਨੇ ਸੱਚਖੰਡ ਪੜਿਆ, ਉੱਥੇ ਜਾਪ ਸਾਹਿਬ ਪੜਿਆ ਗਿਆ, ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ, ਉੱਥੇ ਪੜਿਆ ਗਿਆ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ। ਮਹਾਰਾਜ ਨੇ ਉੱਥੇ ਫਿਰ ਪਤਾ ਸਿੱਖਾਂ ਨੂੰ ਕੀ ਦੜਾਇਆ, ਸ਼ਰਾਬ ਸ਼ੁੱਧ ਸਮੂਹ ਸੁਧਾਰਨ ਕੇ ਦੇਖ ਦੇ ਘਰ ਜੋ ਜਤੀ ਕੇ ਸੂਰ ਸੁਰੱਖ ਨੂੰ ਸ਼ੁੱਧ ਸੁਧਾਰ ਦੇ ਸੰਤ ਸਮੂਹ ਅਨੇਕ ਮੰਦੀ ਕੇ ਸਾਰੇ ਹੀ ਦੇਸ ਨੂੰ ਦੇਖ ਰਹੇ ਹੋ, ਤੂੰ ਨਾ ਦੇਖੇ ਮੈਂ ਸਾਰਿਆਂ ਨੂੰ ਵੇਖ ਲਿਆ। ਰੱਬ ਦੇ ਨਾਮ ਨਾਲ ਜੋੜਨ ਵਾਲਾ, ਉਸ ਰੂਪੀ ਜੋਤ ਨਾਲ ਜੋੜਨ ਵਾਲਾ ਕੋਈ ਨੀ, ਸਾਰੇ ਆਪਣੇ ਆਪਣੇ ਡੰਗੇ ਵਜਾ ਰਹੇ ਨੇ, ਸ੍ਰੀ ਭਗਵਾਨ ਨੂੰ ਢੇਰ ਨਾ ਪਾਇਓ, ਬਸ ਪੂਰ ਕਿਰਿਆ ਜੋ ਜੱਗ ਦੇ ਵਿੱਚ ਲਗੇ ਫਿਰਦੇ ਨੇ। ਫਿਰ ਪਾਤਸ਼ਾਹ ਨੇ ਉਸ ਇੱਕ ਅਕਾਲ ਪੁਰਖ ਅੱਗੇ ਬੇਨਤੀ ਕੀਤੀ, ਅਮਰੀ ਕਰੋ ਹਾਥ ਦਾ ਰੱਖਾ ਪੂਰਨ ਹੋਏ ਚਿੱਤ ਦੀ ਇੱਛਾ। ਮਹਾਰਾਜ ਕਹਿੰਦੇ ਸੁਖੀ ਦੱਸਿਆ ਮੋਰੋ ਪਰਿਵਾਰਾ, ਮੇਰਾ ਪਰਿਵਾਰ ਜਿਹੜਾ ਮੈਂ ਸਾਜਣ ਲੱਗਾ, ਖਾਲਸਾ ਸਾਜਣ ਲੱਗਾ ਵਾ, ਇਹ ਮੇਰਾ ਪਰਿਵਾਰ ਹੈ। ਸੁਖੀ ਦੱਸਿਆ ਮੋਰੋ ਪਰਿਵਾਰਾ, ਕੌਣ ਕੌਣ, ਸੇਵਕ, ਸਿੱਖ, ਸਭੇ ਕਰਤਾਰ, ਸਾਰੇ ਕਰਤਾਰ ਵੀ ਨੇ ਅਸੀਂ। ਮਹਾਰਾਜ ਨੇ ਫਿਰ ਉੱਥੇ ਆਨੰਦ ਪੜਿਆ, ਆਨੰਦ ਭਇਆ ਮੇਰੀ ਮਾਏ। ਮਹਾਰਾਜ ਨੇ ਉੱਥੇ ਇੱਕ ਗੱਲ ਕਹੀ, ਇਹ ਅੰਮ੍ਰਿਤ ਮੈਂ ਤੁਹਾਨੂੰ ਦੇਣ ਲੱਗਾ ਵਾ, ਇਹਨੂੰ ਐਵੇਂ ਨਾ ਜਾਣੋ, ਇਹਨੂੰ ਸੁਰ ਨਾਰ ਮੁੱਲ ਜਨ ਅੰਮ੍ਰਿਤ ਖੋਜਦੇ। ਅੱਜ ਤੁਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਏ ਹੋ ਨਾ, ਤੇ ਇਹ ਗੁਰ ਤੇ ਪਾਇਆ ਵੇ, ਇਹਨੂੰ ਬੜੇ ਹੀ ਖੋਜਣ ਰਹੇ ਨੇ, ਬੜੇ ਹੀ ਦੇਵਤੇ, ਬੜੇ ਮੁਨੀ, ਬੜੇ ਜੋਗੀ, ਜਿਹਨਾਂ ਕੋਲ ਇਕੱਲੀ ਜੁਗਤ ਸੀ ਪਰ ਨਾਮ ਦੀ ਦਾਤ ਹੀ ਨਹੀਂ ਸੀ। ਪਾਤਸ਼ਾਹ ਕਹਿੰਦੇ ਅੱਜ ਤੁਹਾਨੂੰ ਮੈਂ ਉਹ ਆਨੰਦ ਦੇਵਾਂਗਾ, ਫਿਰ ਤੁਸੀਂ ਕਿੱਥੇ ਪਹੁੰਚ ਜਾਓਗੇ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਅੰਤ ਸੁਣੋ ਬੜ ਭਾਗੀਓ, ਜਿਹੜੇ ਉੱਥੇ 80,000 ਬੈਠਾ ਸੀ ਨਾ ਹੋਰ, ਉਹਨਾਂ ਨੂੰ ਕਿਹਾ ਸੁਣ ਲਓ ਹੁਣ ਵੱਡਿਆਂ ਭਾਗਾਂ ਵਾਲਿਓ, ਅੱਜ ਮੌਕਾ ਜੇ ਇਹਨਾਂ ਪੰਜਾਂ ਨੇ ਸੀਸ ਦੇ ਦਿੱਤੇ ਨੇ, ਤੁਹਾਡੀ ਵਾਰੀ ਜੇ ਤੁਸੀਂ ਵੀ ਸੀਸ ਦਿਓ। ਕਿਉਂ? ਕਿਉਂਕਿ ਜਿਹੜਾ ਇਸ ਦਰ ਤੇ ਆਵੇਗਾ, ਸੁਣਦੇ ਪੁਨੀਤ ਪਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ। ਪਾਤਸ਼ਾਹ ਨੇ ਰਹਿਮਤ ਕਰਕੇ ਤਰਸ ਕਰਕੇ ਉਹਨਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ। ਜਿਸ ਸਮੇਂ ਅੰਮ੍ਰਿਤ ਛਕਾਉਣ ਲੱਗੇ, ਜਦੋਂ ਚੂਲਾ ਮੂੰਹ ਦੇ ਵਿੱਚ ਪਾਉਂਦੇ ਸੀ ਨਾ, ਨਾਲ ਕਹਿੰਦੇ ਸੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਕਿਉਂ ਬੋਲਿਆ ਜਾਂਦਾ ਸੀ? ਕਿਤੇ ਕੱਲ ਨੂੰ ਕੋਈ ਉੱਠ ਕੇ ਇਹ ਨਾ ਕਹਿ ਦੇਵੇ ਵੀ ਇਹ ਖਾਲਸਾ ਮੈਂ ਸਜਾਇਆ, ਇਹ ਵਾਹਿਗੁਰੂ ਦਾ ਹੀ, ਕਿਉਂਕਿ ਪ੍ਰਗਟੇ ਉਹ ਖਾਲਸਾ ਪਰ ਮਾਤਮ ਕੀ ਮੌਜ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੌਜ ਵੀ ਨਹੀਂ, ਇਹ ਪਰਮਾਤਮ ਕੀ ਮੌਜ ਸੀ। ਇਹ ਪਰਮਾਤਮਾ ਦੀ ਜੋਤ ਨੂੰ ਇੱਕ ਸਰੀਰ ਦੇ ਵਿੱਚ ਪਾਉਣਾ ਸੀ, ਉਹ ਸਰੀਰ ਸਦਾ ਵਾਸਤੇ ਖਤਮ ਕਰ ਦੇਣਾ ਸੀ, ਜਿਹੜੀ ਜੋਤ ਸੀ ਉਹ ਪੰਥ ਗ੍ਰੰਥ ਦੇ ਵਿੱਚ ਟਿਕਾ ਦੇਣੀ ਸੀ। ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ, ਪੰਜ ਜਿਹੜੇ ਚੂਲੇ ਨੇ ਪੰਜ ਨੇਤਰਾਂ ਦੇ ਵਿੱਚ ਪਾਏ ਜਾਂਦੇ ਨੇ, ਫਿਰ ਕਿਹਾ ਜਾਂਦਾ ਵੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਉਹਨੂੰ ਵਾਹਿਗੁਰੂ ਦਾ ਹੋ ਗਿਆ। ਫਿਰ ਜਦੋਂ ਸੀਸ ਦੇ ਵਿੱਚ ਪੰਜ ਚੂਲੇ ਪਾਏ ਜਾਂਦੇ ਨੇ, ਫਿਰ ਕਿਹਾ ਜਾਂਦਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਅੱਜ ਜਦੋਂ ਨਾਮ ਰੱਖੇ ਗਏ ਨਾ, ਕੋਈ ਰਾਮ ਸੀ, ਕੋਈ ਚੰਦ ਸੀ, ਕੋਈ ਰਾਏ ਸੀ, ਪਾਤਸ਼ਾਹ ਕਹਿੰਦੇ ਜਿਹਨਾਂ ਨੇ ਸੀਸ ਹੀ ਦੇ ਦਿੱਤਾ ਨਾ, ਮੈਂ ਉਹਨਾਂ ਨੂੰ ਇੱਕੋ ਵਰਗੇ ਹੀ ਕਰ ਦਿਆਂਗਾ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਅੱਜ ਤੋਂ ਜਿਹੜਾ ਮੈਂ ਕਹਿੰਦਾ ਸੀ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦੀਊ ਮੈਂ ਸਾਰਾ, ਮੇਰਾ ਜਿੰਨਾ ਵੀ ਤੇਜ ਪ੍ਰਤਾਪ ਹੈ ਅੱਜ ਤੋਂ ਇਹਨਾਂ ਪੰਜਾਂ ਦੇ ਵਿੱਚ। ਉਹਨਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ, ਰਹਿਣੀ ਰਹਿਣੀ ਦੱਸੀ। ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਵਾਂ, ਪਾਤਸ਼ਾਹ ਨੇ ਉੱਥੇ ਸਾਨੂੰ ਰਹਿਤ ਦੱਸਿਆ ਵੀ ਕਦੇ ਮੇਰਾ ਸਿੱਖ ਇਹ ਨਾ ਸਮਝ ਲਵੇ ਕਿ ਬਸ ਜੀ ਅੰਮ੍ਰਿਤ ਛਕ ਲਿਆ, ਕਿਉਂਕਿ ਜਿੱਥੇ ਅਸੀਂ ਅੰਮ੍ਰਿਤ ਛਕਦੇ ਹਾਂ ਨਾ ਸਾਨੂੰ ਚਾਅ ਹੀ ਬੜਾ ਹੁੰਦਾ, ਰਹਿਤ ਦੇ ਅਸੀਂ ਸੁਣਦੇ ਹੀ ਨਹੀਂ ਹਰੇ ਪੰਜਾਬ ਪਿਆਰਿਆਂ ਕੋਲ।
ਇੰਨੀ ਖੁਸ਼ੀ ਹੁੰਦੀ ਵੀ ਲਓ ਜੀ ਅੰਮ੍ਰਿਤ ਛਕ ਲਿਆ। ਪਰ ਪਾਤਸ਼ਾਹ ਕਹਿੰਦੇ ਜੇ ਤੂੰ ਰਹਿਤ ਬਿਨਾਂ ਨੇ ਸਿੱਖ ਦਾ ਹੋਵੇ, ਰਹਿਤ ਬਿਨਾਂ ਦਾ ਚੋਟਾਂ ਉਠਾਵੇ, ਰਹਿਤ ਨਹੀਂ ਰੱਖੇਗਾ ਤੇ ਤੂੰ ਦਰ ਦਰ ਦੀਆਂ ਚੋਟਾਂ ਉਠਾਵੇਗਾ। ਤੇ ਜੇ ਤੂੰ ਰਹਿਣੀ ਰਹਿ ਸ੍ਰੀ ਸਿੰਘ ਮੇਰਾ ਜਪ ਲਗ ਖਾਲਸਾ ਰਹਿਣ ਨਿਆਰਾ। ਆਪਾਂ ਅਰਦਾਸ ਕਰਦੇ ਹਾਂ ਪ੍ਰਿਥਵੀ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਚਿੱਤ ਆਉਣ ਦਾ ਸਦਕਾ ਜਦੋਂ ਤੈਨੂੰ ਵਾਹਿਗੁਰੂ ਚਿੱਤ ਆਵੇਗਾ ਫਿਰ ਤੈਨੂੰ ਸੁੱਖ ਹੋਵੇਗਾ। ਚਿੱਤ ਆਵਣ ਦਾ ਸਦਕਾ ਸਰਬ ਸੁੱਖ ਹੋਵੇ ਫਿਰ ਕੀ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਖਾਲਸੇ ਨੂੰ ਸਾਹਿਬੀ ਬਖਸ਼ੀ ਮਹਾਰਾਜ ਨੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਜਿੱਥੇ ਜਿੱਥੇ ਮੇਰਾ ਸ਼ੁੱਧ ਖਾਲਸਾ ਹੋਵੇਗਾ ਤਹਾਂ ਤਹਾਂ ਰਛਿਆ ਰਿਹਾ। ਇਹਨੂੰ ਕਿਹਾ ਤੇਜ ਦੀਆਂ ਮੈਂ ਸਾਰਾ, ਜਿੱਥੇ ਮੇਰਾ ਖਾਲਸਾ ਹੋਏਗਾ ਉੱਥੇ ਮੈਂ ਰਛਿਆ ਵੀ ਜਾ। ਮਹਾਰਾਜ ਨੇ ਉੱਥੇ ਰਹਿਣੀ ਬਹਿਣੀ ਦੱਸੀ, ਫਿਰ ਅੱਜ ਉਹ ਵਾਲੀ ਕਲਾ ਦੁਬਾਰਾ ਵਰਤੀ ਹੈ ਜਿਹੜੀ ਕਦੇ ਭਾਈ ਲਹਿਣੇ ਦੇ ਅੱਗੇ ਗੁਰੂ ਨਾਨਕ ਦੇਵ ਮਹਾਰਾਜ ਨੇ ਮੱਥਾ ਟੇਕਿਆ ਸੀ। ਅੱਜ ਪੰਜਾਂ ਪਿਆਰਿਆਂ ਨੇ ਅੱਗੇ ਹੱਥ ਅੱਡ ਕੇ, ਝੋਲੀ ਅੱਡੀਏ, ਗੋਡੇ ਟੇਕ ਕੇ ਗੁਰੂ ਗੋਬਿੰਦ ਰਾਏ ਪਾਤਸ਼ਾਹ ਦਸਵੇਂ ਪਾਤਸ਼ਾਹ ਕਹਿੰਦੇ ਖਾਲਸਾ ਜੀ ਤੁਸੀਂ ਉਸ ਪਰਮਾਤਮਾ ਦੀ ਮੌਜ ਦੇ ਨਾਲ ਉਸ ਜੋਤ ਵਾਲੇ ਬਣੇ ਹੋ ਤੇ ਮੈਨੂੰ ਵੀ ਰਾਏ ਨੂੰ ਸਿੰਘ ਬਣਾ ਕੇ। ਅੱਜ ਉਹਨਾਂ ਪੰਜਾਂ ਨੇ ਗੁਰੂ ਗੋਬਿੰਦ ਰਾਏ ਮਹਾਰਾਜ ਨੂੰ ਅੰਮ੍ਰਿਤ ਛਕਾ ਕੇ ਗੋਬਿੰਦ ਸਿੰਘ ਬਣਾਇਆ। ਐਸੀ ਕਲਾ ਪਹਿਲਾਂ ਕਦੇ ਵਰਤੀ ਨਹੀਂ ਸੀ ਕਿ ਆਪ ਚੇਲਿਆਂ ਦੇ ਕੋਲੋਂ ਆਪ ਅੰਮ੍ਰਿਤ ਛਕਣ ਦੇ ਮਹਾਰਾਜ। ਸੱਚੇ ਪਾਤਸ਼ਾਹ ਨੇ ਐਸੀ ਰਹਿਮਤ ਕੀਤੀ। ਉੱਥੇ ਫਿਰ ਸਿੱਖਾਂ ਨੇ ਇੱਕ ਸਵਾਲ ਕੀਤਾ, ਪਾਤਸ਼ਾਹ ਚਲੋ ਅੱਜ ਤੁਸੀਂ ਪੰਜ ਸਾਜ ਦਿੱਤੇ, ਅੱਜ ਪੰਜ ਹੈ ਨੇ, ਕੱਲ ਨੂੰ ਪੰਜ ਨਾ ਹੋਣ ਤੇ ਤੁਹਾਡੇ ਦਰਸ਼ਨ ਕਰਨੇ ਹੋਣ ਤੇ ਕਿੱਦਾਂ ਕਰੀਏ। ਮਹਾਰਾਜ ਕਹਿੰਦੇ ਦੋਵਾਂ ਚੋਂ ਕਰ ਲਿਓ, ਤਿੰਨਾਂ ਚੋਂ ਕਰ ਲਿਓ। ਪਾਤਸ਼ਾਹ ਜੇ ਦੋ ਵੀ ਨਾ ਹੋਣ, ਤਿੰਨ ਵੀ ਨਾ ਹੋਣ, ਕੱਲਾ ਇੱਕ ਹੀ ਹੋਵੇ। ਕਹਿੰਦੇ ਰਹਿਣੀ ਬਹਿਣੀ ਚ ਪੱਕਾ ਹੋਵੇ, ਅੰਮ੍ਰਿਤ ਵੇਲੇ ਪੁੱਜ ਕੇ ਨੇਤਰੇ ਉਕਰੇ, ਤਿਆਰ ਬਾਰ ਤਿਆਰ ਹੋਵੇ। ਬਾਣੀ ਪੜ੍ਹ ਕੇ ਬਾਅਦ ਵਿੱਚ ਸ਼ੀਸ਼ੇ ਮੁੱਖ ਵੇਖੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੁਖੜਾ ਤੈਨੂੰ ਆਪਣੇ ਚਿਹਰੇ ਨੂੰ ਦਿਸੇ। ਬੋਲੇ ਸੱਚੇ ਪਾਤਸ਼ਾਹ ਨੇ ਤਰਸ ਕੀਤਾ, ਖਾਲਸਾ ਜੀ ਆਪਣਾ ਚਿਹਰਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚਿਹਰਾ ਤੇਰੇ ਮੁਖ ਚੋਂ ਵਿਖੇਗਾ। ਬਸ ਮੈਨੂੰ ਕੀ ਚਾਹੀਦਾ ਵੇ, ਮੈਨੂੰ ਤੇਰੀ ਰਹਿਣੀ ਬਹਿਣੀ ਚਾਹੀਦੀ। ਤੂੰ ਰਹਿਤ ਦੇ ਵਿੱਚ ਪੱਕਾ ਹੋਈ, ਮੈਂ ਸਾਰਾ ਕੁਝ ਤੈਨੂੰ ਦੇ ਦਿਆਂਗਾ। ਪਾਤਸ਼ਾਹ ਨੇ ਚਾਰ ਪੁੱਤਰ ਵਾਰੇ ਦਿੱਤੇ, ਜਦੋਂ ਚਾਰ ਵਾਰ ਦਿੱਤੇ ਤੇ ਮਹਾਰਾਜ ਨਾਲ ਹੀ ਕਹਿਣ ਲੱਗੇ, ਤੇਰਾ ਕੁਝ ਉਹ ਸੌਂਪ ਤੇ ਕਿਆ ਲੱਗਿਆ, ਮੇਰਾ ਪੰਥ ਵਸੇ ਮੈਂ ਉਜੜਾਂ, ਮਨ ਚਾਹੋ ਘਨੇਰਾ। ਤੇ ਕਵੀ ਕਹਿ ਉੱਠੇ, ਵਾਹ ਵਾਹ ਗੋਬਿੰਦ ਸਿੰਘ, ਵਾਹ ਤੇਰਾ ਜੇਰਾ, ਉਹ ਤੇਰਾ ਜਿਗਰਾ ਕਿੱਦਾਂ, ਤੇਰੇ ਸਾਹਮਣੇ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਤੇ ਤੂੰ ਕਹਿਣ ਡਿਆ ਇਹਨ ਪੁੱਤਰਾਂ ਤੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ, ਕੀਮਤ ਕਈ ਹਜ਼ਾਰ ਮੇਰੇ ਕੋਲ ਦਇਆ ਸਿੰਘ ਵਰਗੇ ਪਏ ਨੇ, ਮੇਰੇ ਕੋਲ ਧਰਮ ਸਿੰਘ ਵਰਗੇ ਪਏ ਨੇ, ਮੇਰੇ ਕੋਲ ਮਹਾਂ ਸਿੰਘ ਵਰਗੇ ਪਏ ਨੇ, ਜਿਹਨਾਂ ਕੱਲ ਵਿਦਾਵਾ ਕਰਾਉਣਾ ਜੀ, ਇਹਨਾਂ ਪੁੱਤਰਾਂ ਦੇ ਕਰਕੇ ਮਾਰੇ। ਪਾਤਸ਼ਾਹ ਨੇ ਤਰਸ ਕੀਤਾ, ਰਹਿਮਤ ਕੀਤੀ, ਅੰਮ੍ਰਿਤ ਛਕਾਇਆ। ਫਿਰ ਇਹ ਜਿਹੜਾ ਖਾਲਸਾ ਸਾਜਿਆ ਸੀਗਾ, ਇਸ ਖਾਲਸੇ ਨੇ ਫਿਰ ਮੱਲਾਂ ਮਾਰੀਆਂ, ਇਸ ਖਾਲਸੇ ਨੇ ਫਿਰ ਖਾਲਸਾ ਰਾਜ ਜਦੋਂ 1708 ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ, ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਤੇ ਖਾਲਸਾ ਰਾਜ ਕਾਇਮ ਕੀਤਾ ਗਿਆ। ਉਸ ਖਾਲਸੇ ਰਾਜ ਦੇ ਵਿੱਚ ਕਿਸੇ ਦੇ ਨਾਲ ਵਧੀਕੀ ਨਹੀਂ ਹੋਈ, ਕਿਸੇ ਦੇ ਨਾਲ ਕੋਈ ਮਾੜੀ ਨਹੀਂ ਕੀਤੀ ਗਈ। ਮਾੜੀ ਕਿਉਂ ਹੋਈ, ਕਿਉਂਕਿ ਜਿਹੜੇ ਪੰਜ ਜੰਗ ਸੀ ਨਾ, ਪੰਜ ਪਰਿਵਾਰ, ਪੰਜ ਪ੍ਰਧਾਨ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਹੋਇਆ ਉਦੋਂ ਡਿਕਟੇਟਰਸ਼ਿਪ ਵਾਲਾ ਰਾਜ ਚੱਲ ਪਿਆ ਸੀ, ਕਿਉਂਕਿ ਜਿਸ ਖਾਲਸੇ ਨੇ ਮੱਲਾਂ ਮਾਰ ਕੇ ਰਾਜ ਲਿਆ ਸੀ ਉਸ ਖਾਲਸੇ ਦੇ ਵਿੱਚ ਇੱਕ ਵੀ ਵਜ਼ੀਰ ਨਹੀਂ ਸੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਚ। ਅਕਾਲੀ ਫੂਲਾ ਸਿੰਘ ਹੋਣੀ ਕਹਿੰਦੇ ਰਹਿ ਲਏ ਕਿ ਇੱਕ ਨੇ ਖਾਲਸੇ ਨੂੰ ਸ਼ਾਮਿਲ ਕਰ ਲਿਆ, ਪਰ ਨਹੀਂ, ਉਹ ਫਿਰ ਸਾਡਾ ਜਿਹੜਾ ਖਾਲਸਾ ਰਾਜ ਸੀ ਉਹ ਹੌਲੀ ਹੌਲੀ ਸਾਡੇ ਕੋਲੋਂ ਖੁੱਸਦਾ ਗਿਆ, ਖੁੱਸਦਾ ਗਿਆ। ਸਮਾਂ ਇਸ ਤਰੀਕੇ ਦਾ ਆ ਗਿਆ ਕਿ ਸਿੰਘ ਜੰਗਲਾਂ 'ਚ ਰਹਿਣ ਲੱਗ ਪਏ, ਘਾਹ ਫੂਸ ਪਾ ਕੇ ਗੁਜ਼ਾਰੇ ਕਰਨੇ ਪੈਂਦੇ ਸੀ, ਤੇ ਜਿਹੜੇ ਗੁਰਦੁਆਰਿਆਂ ਦੇ ਨਾਲ ਸਾਡੇ ਲਿੰਕ ਸੀ ਨਾ, ਜਿਹੜਾ ਆਪਾਂ ਅੱਜ ਦਿਹਾੜਾ ਮਨਾਉਣਾ 1978 ਦੇ ਸੀ ਸ਼ਹੀਦ ਸਿੰਘਾਂ ਦਾ,
ਜਦੋਂ ਜੰਗਲਾਂ ਦੇ ਵਿੱਚ ਸਿੰਘ ਚੱਲ ਗਏ ਤੇ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਸੀ ਉਹ ਮਹੰਤਾਂ ਕੋਲ ਚੱਲ ਗਿਆ। ਹੁਣ ਕਈ ਮਹੰਤ ਦੇ ਬੜੇ ਚੰਗੇ ਸੀ ਤੇ ਕਈ ਨਰੈਣੂ ਵਰਗੇ ਸੀ, ਕਈ ਜਿਹੜੇ ਪੰਡਾ ਸਾਹਿਬ ਦਾ ਮਹੰਤ ਸੀ ਉਹਦੇ ਵਰਗੇ ਸੀ, ਕਈ ਤਰਨ ਤਾਰਨ ਵਾਲੇ ਮਹੰਤ ਵਰਗੇ ਸੀ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਵਾਲੀਆਂ ਹਰਕਤਾਂ ਕੀਤੀਆਂ ਜਿਹੜੀਆਂ ਗੁਰਮਤਿਆਂ ਨੂੰ ਪੂਰੀ ਨਹੀਂ। ਮੈਂ ਜ਼ਿਆਦਾ ਨਾ ਬੋਲਾਂ, ਗੁਰਮਤ ਦੇ ਅਨੁਕੂਲ ਹੀ ਨਹੀਂ ਸੀ ਉਹ ਵਾਲੀਆਂ ਹਰਕਤਾਂ ਕੀਤੀਆਂ। ਮੂਰਤੀਆਂ ਲਾ ਦਿੱਤੀਆਂ ਗਈਆਂ, ਦਰਬਾਰ ਸਾਹਿਬ ਵੀ ਮੂਰਤੀਆਂ ਲਾ ਦਿੱਤੀਆਂ ਗਈਆਂ। ਜੇ ਆਪਾਂ ਪਹਿਲਾਂ ਵੀ ਸੋਚੀਏ ਨਾ ਨਿਰੰਕਾਰੀ ਜਿਹੜੀ ਆਪਾਂ ਜਿਹੜੀ ਅੱਜ ਗੱਲ ਕਰਨੀ ਹੈ, ਨਿਰੰਕਾਰੀ ਜਿਹੜਾ ਭਵਨ ਹੈ ਇਹਦੇ ਜਿਹੜੇ ਪਹਿਲੇ ਸਥਾਪਕ ਸੀ ਨਾ, ਸੰਸਥਾਪਕ ਸੀ ਬੜੇ ਚੰਗੇ ਸੀ ਉਹਨਾਂ ਨੇ। ਜਦੋਂ ਆਹ ਮੂਰਤੀਆਂ ਲਾਈਆਂ ਗਈਆਂ, ਜੋਤ ਜਿਹੜਾ ਸੀਗਾ ਸਿਸਟਮ ਉਹ ਚੱਲਣ ਲੱਗ ਪਿਆ, ਜੋ ਪਖੰਡਵਾਦ ਸੀ, ਜੋ ਸਾਡੀ ਰਹਿਤ ਮਰਜ਼ਾਦਾ, ਜੋ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਹੀਂ ਕਹਿੰਦੀ ਕਿ ਤੂੰ ਨਹੀਂ ਕਰਨਾ, ਉਹ ਸਾਰਾ ਕੁਝ ਗੁਰਧਾਮਾਂ ਦੇ ਅੰਦਰ ਹੋਣ ਲੱਗ ਪਿਆ। ਉਹਨਾਂ ਨਿਰੰਕਾਰੀਆਂ ਨੇ, ਦਿਆਲ ਸਿੰਘ ਦਾ ਨਾਂ ਸੀ, ਉਹਨਾਂ ਨੇ ਬਹੁਤ ਜ਼ੋਰ ਲਾਇਆ। ਪਰ ਜਿੱਦਾਂ ਕਹਿ ਦਿੰਦੇ ਨੇ ਨਾ ਵੀ ਅੱਗੇ ਚੱਲ ਕੇ ਪਿਛਲੀਆਂ ਪੁਰਖਿਆਂ ਦੀ ਕਮਾਈ ਨੇ ਜਿਹੜੇ ਉਹ ਅਗਲੇ ਖਾਂਦੇ ਨੇ, ਆਪ ਦੀ ਕਮਾਈ ਨਹੀਂ ਹੁੰਦੀ। ਉਸੇ ਤਰੀਕੇ ਦੇ ਨਾਲ 1950 ਦੇ ਵਿੱਚ ਬੂਟਾ ਸਿੰਘ ਨਿਰੰਕਾਰੀ ਭਵਨ ਦਾ ਮੁਖੀ ਬਣ ਗਿਆ। ਹੁਣ ਬੂਟਾ ਸਿੰਘ ਨੇ ਇੰਨੀ ਕੁ ਉੱਥੇ ਅਸ਼ਲੀਲਤਾ ਫੈਲਾਈ, ਉਹਨੇ ਇੱਕ ਗੱਲ ਫੈਲਾ ਦਿੱਤੀ ਜਿਹੜਾ ਆਪਾਂ ਵੀ ਜ਼ਿਆਦਾਤਰ ਇਹੀ ਕਹਿ ਦਿੰਦੇ ਹਾਂ ਨਾ, ਇਹ ਜਗ ਮਿੱਠਾ ਅਗਲਾ ਕਿਵੇਂ ਮਿੱਠਾ, ਇਹ ਬੂਟਾ ਸਿੰਘ ਦੀ ਕਹਾਵਤ ਇਹ ਉਹਨੇ ਫੈਲਾਈ ਸੀ। ਉਹਨੇ ਇੰਨੀਆਂ ਕੁ ਜਿਹੜੀਆਂ ਭੈੜੀਆਂ ਕੁਮਤਾਂ ਮਨ ਮਤਾਂ ਗੁਰੂ ਘਰਾਂ ਦੇ ਵਿੱਚ ਕਰਨ ਦੇ ਵਾਸਤੇ ਕਹਿ ਦਿੱਤੀਆਂ। ਬੂਟਾ ਸਿੰਘ ਦੀ ਇੱਕ ਬਿਮਾਰੀ ਦੇ ਨਾਲ ਮੌਤ ਹੋ ਜਾਂਦੀ, ਉਹਦੀ ਥਾਂ ਤੇ ਅਵਤਾਰ ਸਿੰਘ ਉਹ ਬੰਦਾ ਗੱਦੀ ਤੇ। ਅਵਤਾਰ ਸਿੰਘ ਤੋਂ ਬਾਅਦ ਜਿਹੜਾ ਸਾਡਾ ਲਿੰਕ ਜੁੜਦਾ ਵੇ ਉਹ ਜੁੜਦਾ ਵੇ ਗੁਰਬਚਨ ਸਿੰਘ ਨਾਲ, ਜਿਹਨੂੰ ਆਪਾਂ ਗੁਰਬਚਨਾ ਪਾਪੀ ਕਹਿੰਦੇ ਹਾਂ, ਨਰਕਧਾਰੀਆ ਕਹਿੰਦੇ ਹਾਂ। ਉਹਦੇ ਨਾਲ ਜਦੋਂ ਲਿੰਕ ਜੁੜਦਾ ਵੇ ਉਸ ਗੁਰਬਚਨੇ ਨੇ ਗੱਦੀ ਤੇ ਬਹਿੰਦਿਆਂ ਸਾਰ ਸਭ ਤੋਂ ਪਹਿਲਾਂ ਤੇ ਇੱਕ ਕਿਤਾਬ ਰਚੀ। ਲੋਕ ਉਹਨੂੰ ਗ੍ਰੰਥ ਕਹਿੰਦੇ ਨੇ, ਪਰ ਸਾਡੇ ਕੋਲ ਗ੍ਰੰਥ ਕੋਈ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਉਹਨੇ ਇੱਕ ਕਿਤਾਬ ਰਚੀ ਜਿਹਦਾ ਨਾਂ ਰੱਖਿਆ ਗਿਆ ਅਵਤਾਰ ਬਾਣੀ। ਉਹਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਪੰਜ ਪਿਆਰਿਆਂ ਦੇ, ਸਾਡੇ ਗੁਰਧਾਮ, ਸਾਡੇ ਸਰੋਵਰ, ਸਾਡੀ ਬਾਣੀ, ਪਤਾ ਹੀ ਨਹੀਂ ਉਹਨੇ ਕੀ ਕੂੜ ਪ੍ਰਚਾਰ ਉਹਦੇ ਵਿੱਚ ਲਿਖ ਦਿੱਤਾ। ਸਾਡੇ ਗੁਰੂਆਂ ਤੱਕ ਤੇ ਇੱਥੇ ਤੱਕ ਲਿਖ ਦਿੱਤਾ ਕਿ ਰਾਮ ਤੇ ਕ੍ਰਿਸ਼ਨ ਤੇ ਗੁਰੂ ਨਾਨਕ, ਮੈਨੂੰ ਮਾਫ ਕਰਿਓ ਕਦੇ ਬੋਲਣ ਲੱਗਾ ਵਾ, ਇਹ ਤੇ ਆਪਣਾ ਪਰਦਾ ਨਹੀਂ ਢੱਕ ਸਕੇ, ਇਹਨਾਂ ਨੇ ਕਿਸੇ ਦਾ ਕੀ ਢੱਕਣਾ। ਇਹ ਬਚਨ ਉਹਦੇ ਵਿੱਚ ਉਹਨੇ ਲਿਖੇ, ਐਡ ਕੀਤੇ, ਤੇ ਜਦੋਂ ਖਾਲਸੇ ਨੂੰ ਪਤਾ ਲੱਗਾ ਤੇ ਖਾਲਸੇ ਨੇ ਇਹਦਾ ਇਤਰਾਜ਼ ਜਤਾਇਆ। ਡੀਸੀਆਂ ਦੇ ਕੋਲ, ਸਰਕਾਰੀ ਦਫ਼ਤਰਾਂ 'ਚ ਬਥੇਰਾ ਕੁਝ ਕਿਹਾ ਗਿਆ, ਪਰ ਨਾ ਅੱਜ ਮੰਨੀ ਜਾਂਦੀ ਹੈ ਸਿੱਖ ਦੀ, ਰੁਲ ਨਹੀਂ ਡੇ ਰਹੇ ਸਿੱਖ ਜੇਲ੍ਹਾਂ ਦੇ ਵਿੱਚ, ਨਾ ਅੱਜ ਮੰਨੀ ਜਾਂਦੀ, ਨਾ ਉਦੋਂ ਮੰਨੀ ਜਾਂਦੀ ਸੀ, ਨਾ ਹੀ ਜ਼ਕਰੀਆ ਖਾਨ ਮਿਲਿਆ ਔਰੰਗਜ਼ੇਬ ਜਿਹੜੇ, ਸਿੱਖ ਦੀ ਮੰਨੀ ਨਹੀਂ ਗਈ ਸਰਕਾਰੀ ਦਰਬਾਰੇ। ਕਿਉਂਕਿ ਸਿੱਖ ਕੀ ਵੇ, ਸਿੱਖ ਨਿਆਰਾ ਵੇ, ਸਿੱਖ ਸ਼ੁੱਧ ਵੇ, ਸਿੱਖ ਨਿਰਮਲ ਵੇ, ਤੇ ਨਿਰਮਲ ਦੇ ਵਿੱਚ ਮਿਲਾਵਟ ਨਹੀਂ ਹੁੰਦੀ। ਤੇ ਜਿਹੜਾ ਸਰਕਾਰਾਂ ਦਰਬਾਰਾ ਹੁੰਦਾ ਨਾ, ਇਹਦੇ ਵਿੱਚ ਹੁੰਦੀ ਮਿਲਾਵਟ ਵੇ, ਇਹਦੇ ਵਿੱਚ ਸ਼ੁੱਧਤਾ ਹੈ ਹੀ ਨਹੀਂ। ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਉਸ ਗੁਰਬਚਨੇ ਨੂੰ ਰੋਕਿਆ, ਪਰ ਉਹ ਨਹੀਂ ਰੁਕਿਆ। ਉਹਨੇ ਜਿਹੜੀ ਦੂਜੀ ਕਾਰਵਾਈ ਕੀਤੀ, ਜਿਹੜੇ ਉਹਦੇ ਚੇਲੇ ਚੰਗੇ ਉਹਦੇ ਰਹਿੰਦੇ ਸੀ ਨਾ ਦਰਬਾਰ ਦੇ ਵਿੱਚ, ਜਿਹੜੇ ਸਾਡੇ ਗੁਰਸਿੱਖ ਮਰ ਜੀਵੜੇ, ਜਿਹਨਾਂ ਨੇ ਆਪਣੇ ਜੀਵਨ ਲਾ ਦਿੱਤੇ ਗੁਰੂ ਦਰਬਾਰ ਦੇ ਵਿੱਚ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਇਹਨਾਂ ਵਰਗੇ ਗੁਰਸਿੱਖਾਂ ਦੇ ਨਾਂ ਆਪਣੇ ਚੇਲਿਆਂ ਦੇ ਰੱਖਣ ਲੱਗ ਪਿਆ ਵੀ ਤੂੰ ਭਾਈ ਗੁਰਦਾਸ, ਤੂੰ ਬਾਬਾ ਬੁੱਢਾ, ਏਦਾਂ ਦੇ ਨਾਂ ਰੱਖਣ ਲੱਗ ਪਿਆ। ਗੁਰਸਿੱਖਾਂ ਨੇ ਇਹਦੇ ਤੇ ਵੀ ਇਤਰਾਜ਼ ਜਤਾਇਆ, ਪਰ ਸਾਡੀ ਫਿਰ ਨਾ ਸੁਣੀ ਗਈ। ਫਿਰ ਜਦੋਂ ਤੀਜੀ ਵਾਰੀ ਆਉਂਦੀ ਹੈ ਨਾ, ਤੀਜੀ ਵਾਰੀ ਜੋ ਉਹਨੇ ਹਾਜ਼ਰੀ ਕਰ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ ਸੀ, ਉਹਨੇ ਪੰਜ ਪਿਆਰੇ ਸਾਜੇ ਸੀ, ਮੈਂ ਸੱਤ ਸਤਾਰੇ ਸਾਜਾਂਗਾ। ਠੀਕ ਹੈ, ਉਹਨੇ ਸੱਤ ਸਤਾਰੇ ਸਾਜੇ, ਪਰ ਉਹਨਾਂ ਸੱਤਾਂ ਦੇ ਵਿੱਚ ਖਾਲਸੇ ਨੇ ਇੱਕ ਵੀ ਜੀਂਦਾ ਨਹੀਂ ਰਹਿਣ ਦਿੱਤਾ। ਸਾਰੇ ਪਤਾ ਹੀ ਨਹੀਂ ਕਿੱਥੇ ਗਏ, ਸਾਰੇ ਮਾਰੂ ਪਾਏ, ਉਹਦੇ ਸਤਾਰੇ ਸਤੂਰੇ ਖਿਲਾਰ ਦਿੱਤੇ ਸਾਰੇ। ਜਦੋਂ ਇਹ ਉਹਨੇ ਕੰਮ ਕੀਤਾ, ਫਿਰ ਜਦੋਂ ਸਿੱਖ ਰੋਹ ਦੇ ਵਿੱਚ ਆਏ, ਉਦੋਂ ਤੱਕ ਸੰਨ 1978 ਦੇ ਵਿੱਚ, ਕਿਉਂਕਿ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਉਹ 1977 ਦੇ ਵਿੱਚ ਉਹ ਸ਼ਹੀਦ ਹੋ ਜਾਂਦੇ ਨੇ, ਉਹਨਾਂ ਦੀ ਥਾਂ 'ਤੇ ਜਿਹੜੀ ਗੱਦੀ ਹੈ ਉਹ ਆਉਂਦੀ ਹੈ
संत जरनैल सिंह भिंडर वाले को 1978 की विसाखी 13 अप्रैल जरा कल दिन लंघिया उस दिन उस गुरबचने नरकधारी ने यह गल कही कि मैं अमृतसर की पवित्र धरती से एक जलूस कढ़ांगा एक जलौ कढ़ांगा जिदे विच मैं जो मेरा दिल करेगा वो मैं करांगा। अमृतसर की पाण पवित्र धरती से संत जरनैल सिंह भिंडर वाले भाई फौजा सिंह अखंड कीर्तनी जथा उन्होंने मुखी इन्हों सिंह ने आपस के सलाह की कि शांतमई ढंग के नाल इस जरा यह जो उन्हें सजा भी जाए जो भी क्ढना हो मार्च क्ढना वे वह असी शांतमई ढंग के नाल विरोध करा। पर प्यारे कि ना समझ लो कि सिंह उत्थे शस्त्र नहीं चला सकते क्योंकि उन्होंने अरदास ही की सच्चे पातशाह तेरी जड़ी पवित्र धरती है ना वो नरकधारियों के पैर पै रहे हैं ये इतने नरक खिला रहे हैं ये इतने मर्यादा के उल्ट सारे काम चला रहे हैं सच्चे पातशाह तेरी बाणी के उंगलां खा रहे हैं। महाराज तेरी बाणी की तेरी मर्यादा की तेरे बाणी की लाज रखने लई असी सिंह शांतमई ढंग के नाल उहदा विरोध अरदास कीती यही अरदास ननकाणा साहब की धरती से की थी ना लक्ष्मण सिंह भारूवार होना कि नारायण महंत की उम्र जी कर लवे पर असी शांतमई ढंग के नाल अगले झंडा के नाल साड़े गए कृपाना नाल वटे गए बंदूक चला दित्तिया पर अरदास ते खरे उतरे कि असी शांतमई ढंग के नाल यही कुछ उत्थे होया। भाई फौजा सिंह जी जथे की अगवाई करते ने उस जथे ते नरकधारियां ने ते पुलिस ने रल के क्योंकि रला मिला होंदा ते तैनू इदां दे काम हुंदे ने कल्ला कोई कुछ नहीं कर सकदा होंदा क्योंकि उस समय सरकार भी ते फिर अपनी है ना जिहनू आपां अपणे कहिंदे आ बादल सरकार अकाली सरकार इन्हां ने ते नरकधारियां तों बचना जिहड़ा वी अमृतसर तों बाद च कढ़िया है इन्हां ने किसी दूजिया के केस पवा के गुरबचने इस केस चो बाहर कढ़िया सी जिहड़ा 13 सिंह की शहीदी होनी है उन्होंने 13 सिंह की शहीदी का केस पिया सी इहदे ते उत्थे बंदूकां चलियां उत्थे तरपाणां चलियां उत्थे इन्ने कु सिंघां नूं वढ दित्ता गया कि वह जिहड़े 13 सिंह सी भाई फौजा सिंह समेत वह 13 सिंह शहीदी पा दिंदे पर खालसा फिर जो विरोध में आउंदा ना चुनकार अज होना ही रुके क्योंकि जिन्हें भी इस दर के पंगा लिया इस दर से कभी भी पीड़ा नहीं बचिया चाहे कोई भी है कोई भी सरकारे दरबारे कोई भी आया औरंगजेब के चिट्ठी के नाल ही मर गया जफरनामा चिट्ठी सी चिट्ठी पढ़िए मर गया सी गुरु गोबिंद सिंह महाराज की गल ही इन्नी भारी सी कि जफरनामे की चिट्ठी पढ़दिया सारे मर गया इन्ना को अंदरों जरा सी ना खत्म हो गया। सो मेरे कहने को भाव यह वे जदों न्यारे पाने वाला खालसा साजिया गया पातशाह ने एक गल कही सी जदों तक तू न्यारा रहेगा उदों तक मैं तेन सारा कुछ ही दे दूंगा ते सच्ची गल जी अगे तलवारा बंदूक चलदिया हो बाणी का ऊट आसरा हो बंदा टिक रहा नहीं तो भजन वाले राह पता नहीं लगता है क्या निकल गए। सच्चे पातशाह ने सानू चार प्रहता दित्तियां कि जे तू न्यारेपन दे विच कायम रहना वे ना एक काम करी चार प्रहता ना करी केस ना कराई केसां दी बेअदबी ना करी ते एक गल होर जे केसां दी बेअदबी कल्ले केस कटाउणे नहीं आ जिहड़ियां भैणां ब्यूटी पार्लर ते जांदियां इह वी केसां दी बेअदबी हुंदी है उत्थे ते जिहड़े वीर जां मेरे जिहड़े बजुर्ग 60-65-70 साल दे हो गए ने चिट्टी आ गई है काली करन दा शौक चढ़िया होना भी जवान दी बनावे अजे तक कोई बेअदबी नहीं है केसां दी बेअदबी नहीं करनी क्योंकि असीं आ वी कहिंदे आ कि कुदरत ने सारिआं नूं अलग अलग तरीके दा अलग अलग बनाया वे ते फिर उस रूप नूं असीं स्वीकार क्यों नहीं करदे जो असी उस रूप में स्वीकार नहीं ना करते उस असी दाढ़ी भी काली करते हैं उस असी ब्यूटी पार्लर से भी जाते हैं उदो असी नाई को भी जाते हैं सच्चे पातशाह तू सानू सोहना नहीं बनाया असी आप सोहने बन जाते हैं इस करके असी उन्होंने कोल जा बचते हैं। पातशाह कहते जी मेरा सिख बनना
ਭੰਗਾਣੀ ਦਾ ਜਨਮ ਸਾਰਾ ਪਰਿਵਾਰ ਹੀ ਵਾਰ ਦਿੱਤਾ, ਭਰਾ ਭਤੀਜੇ 700 ਮੁਰੀਦ ਸਾਰਾ ਕੁਝ ਹੀ ਵਾਰ ਦਿੱਤਾ। ਜੰਗ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚੰਗਾ ਕਰ ਰਹੇ ਨੇ ਕੇਸਾਂ ਨੂੰ, ਤੇ ਪੀਰ ਬੁੱਧੂ ਸ਼ਾਹ ਜੀ ਆ ਜਾਂਦੇ ਨੇ, ਕਹਿੰਦੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦੱਸ ਨਾ ਫਿਰ ਤੂੰ ਬੜਾ ਖੁਸ਼ ਜੇ ਸਿਰਪਾਓ ਦੇਣ ਲੱਗੇ। ਕਹਿੰਦੇ ਪਾਤਸ਼ਾਹ ਆਪਾਂ ਸਿਰਪਾਓ ਜੀ ਨੂੰ ਮਰਜ਼ੀ ਦੇ ਦਿੰਦੇ ਹਾਂ ਨਾ। ਪੀਰ ਬੁੱਧੂ ਸ਼ਾਹ ਨੇ 700 ਮਰੀਦ ਸ਼ਹੀਦ ਕਰਾ ਲਿਆ, ਆਪਣੇ ਭਰਾ ਆਪਣੇ ਭਤੀਜੇ ਆਪਣੇ ਪੁੱਤਰ ਸਾਰਾ ਕੁਝ ਸ਼ਹੀਦ ਕਰਾ ਲਿਆ, ਤੇ ਕਹਿੰਦੇ ਮੈਂ ਇਸ ਸੁਰਤੇ ਲਾਇਕ ਨਹੀਂ। ਤੇ ਸੱਚੇ ਪਾਤਸ਼ਾਹ ਨੇ ਬੇਨਤੀ ਕੀਤਾ, ਕਹਿੰਦਾ ਮੈਨੂੰ ਅੱਜ ਤੁਸੀਂ ਕੰਘਾ ਕਰ ਰਹੇ ਹੋ ਨਾ, ਆਪਣੇ ਕੇਸ ਬਖਸ਼ ਦਿਓ ਮੈਨੂੰ। ਤੇ ਸੱਚੀ ਗੱਲ ਜੇ ਪਿਆਰੇ ਹੋ ਉਹਨਾਂ ਕੇਸਾਂ ਕਰਕੇ ਉਸ ਇੱਕ ਕੰਘੇ ਕਰਕੇ, ਕੰਘੇ ਸਾਡੇ ਵੀ ਹੈ ਨੇ, ਕਈਆਂ ਥਾਵਾਂ ਤੇ ਰੁਲਦੇ ਫਿਰਦੇ ਹੁੰਦੇ ਨੇ, ਕਈਆਂ ਅਸੀਂ ਨਹੀਂ ਸਾਂਭਦੇ, ਪਰ ਪੀਰ ਬੁੱਧੂ ਸ਼ਾਹ ਨੇ ਐਸਾ ਸਾਂਭਿਆ, ਜਾਲਮਾ ਨੇ ਟੋਇਆ ਪੱਟ ਕੇ ਪੀਰ ਬੁੱਧੂ ਸ਼ਾਹ ਨੂੰ ਵਿੱਚ ਵਾਲਿਆ, ਧੋਣ ਤੱਕ ਮਿੱਟੀ ਪਾ ਦਿੱਤੀ, ਉੱਤੇ ਦਹੀਂ ਰੱਖਿਆ, ਸ਼ੱਕਰ ਪਾਈ, ਸ਼ਿਕਾਰੀ ਪੱਤੇ ਛੱਡ ਦਿੱਤੇ, ਸਾਰਾ ਨੋਚ ਨੋਚ ਕੇ ਖਾ ਕੇ ਪੀਰ ਬੁੱਧੂ ਸ਼ਾਹ। ਤੇ ਉਹਦਾ ਪਰਿਵਾਰ ਅੱਜ ਵੀ ਕਹਿੰਦੇ ਅਮਰੀਕਾ ਦੇ ਵਿੱਚ ਬੈਠਾ ਵੇ, ਉਹ ਕੇਸ ਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੰਘਾ ਅੱਜ ਵੀ ਉਹ ਰੋਜ਼ ਉੱਠ ਕੇ ਸਵੇਰੇ ਪਹਿਲਾਂ ਮੱਥਾ ਟੇਕਦਾ। ਇਹ ਮਾਨਤਾ ਉਹਨਾਂ ਨੂੰ ਕਿਤੇ ਪੁੱਛੇ ਵੇਖੋ ਨਾ, ਜਿਨ੍ਹਾਂ ਨੇ ਕੇਸਾਂ ਕਰਕੇ ਤੇ ਕੰਘੇ ਕਰਕੇ 700 ਮਰੀਦ, ਕਿਉਂਕਿ ਪੀਰ ਬੁੱਧੂ ਸ਼ਾਹ ਜੀ ਮੁਹੰਮਦ ਸਾਹਿਬ ਦੇ ਜਿਹੜੀ ਪੁੱਤਰੀ ਸੀ ਉਹਦੇ ਪਰਿਵਾਰ ਦੇ ਵਿੱਚੋਂ ਸੀ, ਬਾਬਾ ਫਰੀਦ ਜੀ ਦੀ ਕੁੱਲ ਦੇ ਵਿੱਚੋਂ, ਭਗਤ ਫਰੀਦ ਜੀ ਉਹਨਾਂ ਦੀ ਕੁੱਲ ਦੇ ਵਿੱਚੋਂ ਸੀ, ਤੇ ਮੁਸਲਮਾਨ ਧਰਮ ਦੇ ਵਿੱਚ ਉਹਨਾਂ ਦਾ ਬੜਾ ਹੀ ਸਤਿਕਾਰ ਸੀ। ਪਰ ਪਤਾ ਨੀ ਕੀ ਵੇਖ ਲਿਆ ਭੀਖੂ ਸ਼ਾਹ ਨੇ, ਪਤਾ ਨੀ ਕੀ ਵੇਖ ਲਿਆ ਜਿਹੜਾ ਸਾਨੂੰ ਨਹੀਂ ਵੇਖ ਲਿਆ ਅਜੇ ਤੱਕ। ਸਾਨੂੰ ਪਾਤਸ਼ਾਹ ਨੇ ਕਹਿਤਾ ਬਸ ਤੂੰ ਰਹਿਣੀ ਪੈਣੀ ਦੇ ਵਿੱਚ ਰਹਿਣੀ, ਤੂੰ ਮੇਰਾ ਸੇਖਾ ਬਣਾਉਣਾ ਵੇ, ਤੂੰ ਮੈਂ ਤੈਨੂੰ ਨਹੀਂ ਵੀ ਲਾਉਂਦਾ ਕੋਈ ਗੱਲ ਨੀ, ਮੈਂ ਤੈਨੂੰ ਫਿਰ ਵੀ ਰੱਖ ਲਵਾਂ, ਪਰ ਤੂੰ ਕਿਸੇ ਬਾਬੇ ਕੋਲ ਕਿਸੇ ਪਖੰਡੀ ਕੋਲ ਜਾ ਕੇ ਨਾ ਡਿੱਗਦਾ ਫਿਰ, ਮੈਂ ਨੀ, ਕਿਉਂਕਿ ਉਹ ਸਾਰੇ ਕੋ ਬਤਾਣ ਕੋ ਪੂਜਿਤ ਹੈ, ਬਸ ਕੋ ਮਿਰਕਾਨ ਕੋ ਪੂਜਣ ਭਾਇਓ, ਉਹ ਪੂਰ ਕਿਰਿਆ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਕੋਲ ਭਗਵਾਨ ਦਾ ਭੇਦ ਨਹੀਂ ਹੈ, ਤੇ ਤੂੰ ਉਹਨਾਂ ਦੇ ਦੁਆਰੇ ਤੇ ਜਾ ਕੇ ਡਿੱਗੇਗਾ, ਮੈਂ ਨਾ ਕਰੂੰ ਮੇਰਾ ਫਿਰ ਤੂੰ ਕੁਝ ਨਹੀਂ ਕਰੂੰ, ਫਿਰ ਜਾ ਸੱਜਣ ਹੁੰਦਾ ਹੈ। ਸੱਚੀ ਗੱਲ ਜੇ ਜਿਹੜੇ ਬਾਣੀ ਨਾਲੋਂ ਟੁੱਟੇ, ਜਿਹੜੇ ਰਹਿਤ ਨਾਲੋਂ ਟੁੱਟੇ, ਉਹ ਵਾਕਈ ਖੱਜਲ ਹੋ ਗਏ, ਤੇ ਉਹ ਖੱਜਲਾਂ ਨੂੰ ਫਿਰ ਢੋਈ ਪਤਾ ਕਦੋਂ ਮਿਲਦੀ ਹੈ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈਂ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੁਨੀ, ਭਰਮ ਪਾਵੇ ਅੱਗੇ ਆ ਕੇ ਫਿਰ ਗੋਡੇ ਟੇਕ ਲਵੇ ਨਾ, ਪਾਤਸ਼ਾਹ ਗਲਤੀ ਹੋ ਗਈ ਹੈ, ਅਕਿਰਤ ਘਾਣਵਾ ਤੂੰ ਮੇਰਾ ਰੋਜ਼ ਹੀ ਭਲਾ ਕਰਨ ਦਿਆਂ ਨੇ, ਹਮ ਮੂਰਖ ਤੂੰ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ ਮਾਧੋ, ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਣ, ਨੀਕੋ ਠਾਕੁਰ ਦੇ ਸਾ ਤੂੰ ਕਰੋ ਭਲਾ, ਤੁਹਾਡਾ ਰੋਜ਼ ਹੀ ਭਲਾ ਕਰ ਰਿਹਾ ਪਾਤਸ਼ਾਹ। ਤੇ ਫਿਰ ਮਹਾਰਾਜ ਕਹਿੰਦੇ ਜੇ ਗੁਰ ਕੀ ਸ਼ਰਨੀ ਫਿਰੇ ਉਹ ਆਵੇ, ਪਿਛਲੇ ਅੱਬਣ ਬਖਸ਼ ਲਿਆ, ਉਹ ਗੁਰੂ ਬੜਾ ਕਰਦਾ ਜੇ, ਗੁਰੂ ਬੜਾ ਮਿਹਰਬਾਨ ਜੇ, ਗੁਰੂ ਬੜਾ ਤਰਸ ਵਾਲਾ ਵੇ, ਉਹ ਫਿਰ ਬਖਸ਼ ਲੈਂਦਾ, ਤੇ ਬਖਸ਼ ਕੇ ਫਿਰ ਕਹਿੰਦਾ ਵੇ ਇਸ ਬਾਣੀ ਦੇ ਲੜ ਲੱਗ ਮੇਰੇ ਲੜ ਵੀ ਨਾਲ। ਮਹਾਰਾਜ ਰਹਿਮਤ ਕਰਨ ਕਿਤੇ ਇਸ ਦਲ ਦੀ ਸਾਨੂੰ ਸੋਝੀ ਆ ਜਾਵੇ, ਕਿਉਂਕਿ ਸੱਚੇ ਪਾਤਸ਼ਾਹ ਬਖਸ਼ੇ ਕਰਦੇ ਨੇ, ਕਹਿੰਦੇ ਵੀ ਵਿਸਾਖ ਧੀਰਨ ਕਿਉਂ ਵਾਢੀ ਆ, ਜਿੰਨਾ ਪ੍ਰੇਮ ਵਿਸ਼ੋਹ ਉਹਨਾਂ ਨੂੰ ਵਿਸਾਖ ਦੇ ਮਹੀਨੇ ਦੇ ਵਿੱਚ ਧੀਰਜ ਨਹੀਂ ਆ ਸਕਦਾ, ਉਹਨਾਂ ਦੇ ਅੰਦਰ ਨੂੰ ਠੰਡ ਨਹੀਂ ਪੈ ਸਕਦੀ, ਜਿਹੜੇ ਉਹਦੇ ਉਹਦੇ ਪ੍ਰੇਮ ਤੋਂ ਵਾਹਿਗੁਰੂ ਦੇ ਪ੍ਰੇਮ ਤੋਂ ਵਿਛੜੇ ਹੋਏ। ਵਿਸਾਖ ਧੀਰਨ ਕਿਉਂ ਵਾਢੀ ਆ, ਜਿੰਨਾ ਪ੍ਰੇਮ ਵਿਸ਼ੋਹ ਔਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋਂ, ਮਾਇਆ ਦੀ ਭੋਗ ਲੱਗੀ ਹੋਈ ਹੈ, ਪਰ ਲਵੇ ਫਿਰਨੇ ਅੰਦਰ ਵੀ ਆ ਜਾਓ ਉਧਰੋਂ ਵੀ ਆ ਜਾਏ, ਬਸ ਕਿਸੇ ਦੇ ਵੀ ਠੱਗ ਲਈਏ, ਉਹ ਤਾਂ ਹੋ ਰਿਹਾ ਵੇ ਉਸ ਸੱਜਣ ਦੀ ਗੱਲ ਨੂੰ ਵਿਸਾਰਿਆ ਹੋਇਆ ਵੇ, ਉਸ ਬਾਣੀ ਨੂੰ ਵਿਸਾਰਿਆ ਹੋਇਆ ਵੇ, ਉਸ ਜਪਜੀ ਸਾਹਿਬ ਨੂੰ ਵਿਸਾਰਿਆ ਹੋਇਆ ਵੇ, ਜਿਸ ਜਪਜੀ ਸਾਹਿਬ ਨੂੰ ਪੜ੍ਹ ਕੇ ਉਸ ਅੰਮ੍ਰਿਤ ਤੱਕ ਪਹੁੰਚਣਾ ਵੇ, ਜਿਹਦੀ ਮੈਂ ਗੱਲ ਪਹਿਲਾਂ ਕੀਤੀ ਹੈ, ਜਿਹਨੂੰ ਸੁਰ ਨਾਰ ਮੁਲ ਜਨ ਉਹ ਲੋਚਦੇ ਪਏ ਨੇ, ਉਹ ਖੋਜਦੇ ਪਏ ਨੇ, ਤੇ ਉਹ ਗੁਰੂ ਵਾਲੇ ਨਹੀਂ ਬਣੇ ਤਾਂ ਹੀ ਉਹਨਾਂ ਨੂੰ ਮਿਲ ਰਿਹਾ। ਇਸ ਕਰਕੇ ਪਾਤਸ਼ਾਹ ਰਹਿਮਤ ਕਰਨ, ਅਸੀਂ ਕਿਤੇ ਉਸ ਬਾਣੀ ਦੇ ਨਾਲ ਉਸ ਸ਼ਬਦ ਦੇ ਨਾਲ ਜੁੜ ਸਕੀਏ, ਜਿਹਦੇ ਨਾਲ ਜੁੜ ਕੇ ਮਹਾਰਾਜ ਕਹਿੰਦੇ ਨੇ
ਜੇ ਕੋ ਬੁੱਤੇ ਵੇਲ ਭੋਵੈ ਉਹ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਹੈ ਕੋਈ ਕੁਛ ਬਵੇਕੀਆਂ ਜਾਏ ਅਨੇਕ ਜੁਨੀ ਭਰਮ ਆਵੈ ਜਿਹਨੂੰ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਫਿਰ ਗੁਰੂ ਕੀ ਕਰਦਾ ਵੇ ਸਤਿਗੁਰੂ ਸ਼ਬਦ ਸੁਣਾਏ ਗੁਰੂ ਫਿਰ ਸ਼ਬਦ ਦੇ ਨਾਲ ਜੋੜ ਦਿੰਦਾ ਵੇ ਕਿਉਂਕਿ ਗੁਰੂ ਨੇ ਸਰੀਰ ਵਾਲੀ ਗੱਲ ਹੀ ਖਤਮ ਕਰ ਦਿੱਤਾ ਕਹਿ ਨਾਨਕ ਸੁਣੋ ਸੁਣ ਦੋ ਬਿਲਕੁਲ ਮੁਕਤ ਨਾ ਪਾਏ ਗੁਰੂ ਤੋਂ ਬਿਨਾਂ ਮੁਕਤੀ ਹੈ ਹੀ ਨਹੀਂ ਤੇ ਪਾਤਸ਼ਾਹ ਰੋਜ਼ ਵਾਜਾਂ ਮਾਰਦੇ ਨੇ ਆਵੋ ਸਿੱਖ ਸਤਿਗੁਰੂ ਦੇ ਪਿਆਰਿਓ ਕਿਉਂਕਿ ਅੰਮ੍ਰਿਤ ਦੀ ਗੱਲ ਤੇ ਤਾਂ ਹੋਏਗੀ ਨਾ ਜੇ ਬਾਣੀ ਪੜਾਂਗੇ ਕਿਉਂਕਿ ਬਾਣੀ ਪਹਿਲਾਂ ਆਏਗੀ ਤੇ ਬਾਣਾ ਦੇ ਫੇਰੀ ਧਾਰਨ ਕਰਾਂਗੇ ਸੋ ਮੇਰੇ ਕਹਿਣ ਤੋਂ ਭਾਵ ਇਹ ਵੇ ਪਹਿਲਾਂ ਬਾਣੀ ਵਾਲੇ ਬਣਨਾ ਪੈਣਾ ਵੇ ਪਹਿਲਾਂ ਆਪਣੇ ਸਰੀਰ ਨੂੰ ਮੈਂ ਕਹਿੰਦਾ ਰੋਜ਼ ਇੰਨੀ ਕੁ ਬੇਨਤੀ ਜਾਂ ਇੰਨੀ ਕੁ ਟੌਂਚ ਆਪਣੇ ਸਰੀਰ ਨੂੰ ਮਾਰ ਲਿਆ ਕਰੀਏ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਤੂੰ ਤੇਰੀ ਦੀ ਪਿਆਸ ਜਾਂਦੀ ਹੈ ਵੀ ਬਾਹਰਲੇ ਰਸਾਂ ਦੀ ਇਹ ਪਤਾ ਲੱਗੇ ਦਿੱਤੀ ਇਹ ਸਰੀਰ ਮੇਰਿਆ ਇਸ ਜਗ ਮੈਂ ਆਏ ਕਿ ਕਿਆ ਤੁਸੀਂ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨਾ ਰਚਿਆ ਸੁਹਾਰ ਜਿਹਨੇ ਤੈਨੂੰ ਇਸ ਭੇਜਿਆ ਇਸ ਸੰਸਾਰ ਤੇ ਭਈ ਪ੍ਰਾਪਤ ਨਾ ਮੁੱਖ ਦੇ ਹੋਈਆ ਉਹ ਬਿੰਦ ਮੇਰ ਕੀ ਹੈ ਤੇਰੀ ਬਰੀਆ ਤੂੰ ਉਸ ਰੱਬ ਨੂੰ ਹਿਰਦੇ ਚ ਵਸਾਇਆ ਹੀ ਨਹੀਂ ਹੈ ਇਹ ਨੇਤਰੋਂ ਮੇਰੇ ਹੋ ਅਰ ਤੂੰ ਮੈਂ ਜੋਤ ਧਰੀ ਤੇਰੇ ਅੰਦਰ ਇਹ ਮੇਰੀ ਓਥੋ ਤੇਰੇ ਅੰਦਰ ਰੱਬ ਦੀ ਜੋਤ ਵੇ ਤੇ ਤੂੰ ਕੀ ਕਰਦੀ ਫਿਰਦੀ ਹੈ ਬਾਹਰੀ ਵੇਖਦੀ ਫਿਰਦੀ ਹੈ ਭੈੜਾ ਵੇਖਦੀ ਫਿਰਦੀ ਹੈ ਚਾਰਾਂ ਕੁਰਹਿਤਾਂ ਦੇ ਵਿੱਚ ਮਾਰੇ ਕਿੰਨਾ ਨਾ ਪਰ ਇਸਤਰੀ ਤੇ ਪਰ ਪੁਰਸ਼ ਦਾ ਸੰਗ ਨਹੀਂ ਕਰਨਾ ਪਰ ਵੇਖਣੀ ਉਹ ਲੱਗੇ ਰਹੀ ਸੱਚੇ ਪਾਤਸ਼ਾਹ ਰਹਿਮਤ ਕਰਨ ਇਹ ਸਰਮ ਨੂੰ ਮਿਲੇ ਹੋ ਸੱਚਿਆ ਸੁਣਿਆ ਨੂੰ ਦਿਖਾਏ ਸੱਚੀ ਬਣੀ ਸੁਣ ਪਰ ਨਹੀਂ ਜਦੋਂ ਤੱਕ ਚੁਗਲੀ ਨਹੀਂ ਨਾ ਕੰਨ ਤੇ ਜਾਂਦੀ ਜਦੋਂ ਤੱਕ ਨਿੰਦਿਆ ਨਹੀਂ ਨਾ ਜਾਂਦੀ ਉਦੋਂ ਤੱਕ ਨਹੀਂ ਇਹ ਗੱਲ ਬਣਦੀ ਹੈ ਉਦੋਂ ਤੱਕ ਤੇ ਸਵਾਦ ਹੀ ਨਹੀਂ ਹੁੰਦਾ ਚੀਜ਼ ਦਾ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ ਨਾ ਲਿਖਿਆ ਨਾ ਹੀ ਰਸਨਾ ਪਰਸ ਖਾਲਸਾ ਕੌਣ ਵੇ ਨਿਆਰੇਪਣ ਵਾਲਾ ਕੌਣ ਵੇ ਲਿਖਿਆ ਨਾ ਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਾਲ ਨਿਯਮ ਕਰਸ ਪਰ ਤਰੇ ਰੂਪ ਨਾ ਪੇਖਿਆ ਨੇਤਰ ਇਹ ਜਿਹੜੀਆਂ ਹੱਡੀਆਂ ਕਰੈਂਟਾਂ ਉਹਨਾਂ ਦੇ ਵਿੱਚੋਂ ਹੀ ਹੈ ਪਰ ਤਰੇ ਰੂਪ ਨਾ ਪੇਖਿਆ ਨੇਤਰ ਸਾਧ ਕੀ ਟਹਿਰ ਸੰਤ ਸੰਗ ਹੀ ਕਰਨ ਨਾ ਸੁਣਿਆ ਕਾਹੂ ਕੀ ਨਿੰਦਾ ਤੇ ਸਾਨੂੰ ਤੇ ਸਵਾਦ ਹੀ ਤਾਂ ਹੁੰਦਾ ਜੇ ਨਿੰਦੇ ਹੱਸਣੀ ਹੈ ਸਾਨੂੰ ਤੇ ਸਵਾਦ ਹੀ ਤਾਂ ਹੁੰਦਾ ਵੇ ਉਹ ਫਲਾਣੀ ਨੇ ਐ ਕੀਤਾ ਹੋਵੇ ਪਰ ਜਦੋਂ ਫਲਾਣਾ ਸਾਹਮਣੇ ਹੁੰਦਾ ਨਾ ਤਾਂ ਨਿਕਲ ਜਾਂਦੇ ਮਹਾਰਾਜ ਕਹਿੰਦੇ ਮਿਥਿਆ ਨੂੰ ਹੀ ਰਸਨਾ ਪਰ ਮਨ ਮੈਂ ਪ੍ਰੀਤ ਨਿਰੰਜਨ ਦਰਸ ਹਮਨੇ ਚੰਗੇ ਬੁਰਾ ਨਹੀਂ ਹੋਏ ਉਹ ਤੇ ਸਮਝੇ ਹੀ ਨਾ ਜਾਣਦੇ ਆ ਤੇ ਜੇ ਖਾਲਸ ਬਣਨਾ ਵੇ ਜੇ ਸ਼ੁੱਧ ਬਣਨਾ ਵੇ ਤੇ ਆਪਣੇ ਆਪ ਨੂੰ ਬੁਰਾ ਕਹਿਣਾ ਪੈਣਾ ਆਪਣੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ ਨੀਵਾਂ ਤੇ ਸਿਰ ਆਪਣੇ ਅੰਦਰ ਹੀ ਹੋਣਾ ਹੈ ਨਾ ਕੋਈ ਤੇ ਧੋਣ ਚੁੱਕਣ ਹੀ ਨਹੀਂ ਨਾ ਦਿੰਦਾ ਜੇ ਅਗਲਾ ਵੀ ਐੜਾ ਆ ਜਾਵੇ ਉਹ ਤੇ ਧੋਣ ਚੁੱਕਣ ਹੀ ਨਹੀਂ ਦਿੰਦਾ ਤੇ ਫਿਰ ਭਗਤ ਕਬੀਰ ਜੀ ਵੀ ਸਾਨੂੰ ਸਮਝਾ ਰਹੇ ਨੇ ਕਹਿੰਦੇ ਜਿਹਨੂੰ ਇਸ ਨਿਆਣੇਪਨ ਆਉਣਾ ਚਾਹੁੰਦਾ ਵੇ ਇਸ ਜੋਤ ਦੇ ਨਾਲ ਜੁੜਨਾ ਚਾਹੁੰਦਾ ਵੇ ਉਦਾਹਰਣਾਂ ਦਿੱਤੀਆਂ ਤਿੰਨ ਚਾਰ ਕਹਿੰਦੇ ਕਬੀਰ ਰੋੜਾ ਹੋਇਆ ਉਹ ਬਾਟਕਾ ਤਜ ਮਨ ਕਾ ਅਭਿਮਾਨ ਉਹਨੂੰ ਸਮਝਦਾ ਤਜ ਮਨ ਕਾ ਅਭਿਮਾਨ ਕਹਿੰਦੇ ਰੋੜਾ ਬਣ ਗਿਆ ਰਾਹ ਦਾ ਤੇ ਆਪਣੇ ਅੰਦਰੋਂ ਹੰਕਾਰ ਤੋੜ ਦੇ ਪਰ ਫਿਰ ਅੱਗੇ ਪਤਾ ਕੀ ਕਹਿੰਦੇ ਨੇ ਰੋੜਾ ਹੋਏ ਰੋੜਾ ਹੋਆ ਤਾਂ ਕਿਆ ਪਿਆ ਜੋਠ ਲੱਗੇ ਅੰਗ ਕਹਿੰਦੇ ਰੋੜਾ ਬਣ ਗਿਆ ਤੇ ਫਿਰ ਕੀ ਹੋ ਗਿਆ ਵੇ ਰਾਹ ਜਾਂਦਿਆਂ ਨੂੰ ਕਿਸੇ ਨੂੰ ਕਿੱਦਾਂ ਵੱਜ ਜਾਏਗਾ ਤੇ ਕਿਸੇ ਪੰਛੀ ਨੂੰ ਦੁੱਖ ਦੇ ਕਿਸੇ ਸਰੀਰ ਨੂੰ ਤੂੰ ਦੁੱਖ ਦੇਵੇਗਾ ਕਿਸੇ ਦੇ ਬੂਟੇ ਦੇ ਪੈਰ ਤੇ ਕਿਤੇ ਵੱਜ ਜਾਵੇਗਾ ਨਹੀਂ ਤੂੰ ਅਜੇ ਤੱਕ ਦਾਸ ਨਹੀਂ ਬਣਿਆ ਕਹਿੰਦੇ ਪਾਣੀ ਬਣ ਜਾ ਪਰ ਫਿਰ ਮਹਾਰਾਜ ਕਹਿੰਦੇ ਭਗਤ ਕਬੀਰ ਜੀ ਕਹਿੰਦੇ ਪਾਣੀ ਹੋਇਆ ਤਾਂ ਕਿਆ ਪਿਆ ਸੀਦਾ ਪਾਕਾ ਹੋਏ ਸਾਡੀ ਜਿਹੜੀ ਅਵਸਥਾ ਵੇ ਪਾਣੀ ਵਰਗੀ ਅਵਸਥਾ ਸਾਡੀ ਕਿੱਥੋਂ ਬਣ ਜਾਣੀ ਸਾਨੂੰ ਤੇ ਮਾੜਾ ਜਾਂ ਕੋਈ ਕੁਝ ਕਹਿੰਦਾ ਚੱਲ ਬੀਬੀ 200 ਦੇ ਕਹਿੰਦੇ ਸੀਦਾ ਤਾਤਾ ਹੋਏ ਕੁਝ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਤੂੰ ਆਪ ਤੱਤਾ ਜਾਂਦਾ ਵੇ ਅਜੇ ਤੱਕ ਰੱਬ ਦੇ ਨੇੜੇ ਤੇਰੇ ਨੂੰ ਨਹੀਂ ਹੈਗਾ ਪਰ ਫਿਰ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਵੇ ਤੈਨੂੰ ਹਰੀ ਪਰਮਾਤਮਾ ਵਰਗੇ ਗੁਣ ਧਾਰਨ ਕਰਨੇ ਪੈਣਗੇ ਤੂੰ ਉਹਦੇ ਵਰਗਾ ਤਾਂ ਬਣੇਗਾ ਹਰ ਹਰ ਜਨ ਕੋਈ ਏਕ ਹੈ ਇੱਕ ਵਿਚਾਰ ਕਸਨਾ ਹੈ ਜਨ ਦੇ ਵਿੱਚ ਜਨ ਦੇ ਵਿੱਚ ਜਿੱਦਾਂ ਕਹਿੰਦੇ ਸਮੁੰਦਰ ਚ ਤਰੰਗਾਂ ਉੱਠਦੀਆਂ ਨੇ ਨਾ
ਜਲ ਹੀ ਮਾਹੇ ਸੁਮਾਹੇ, ਉਹ ਫਿਰ ਦੁਬਾਰਾ ਜਲ ਦੇ ਵਿੱਚ ਤਰੰਗਾਂ ਦਾ ਨਾਂ ਨਹੀਂ ਰਹਿੰਦਾ, ਪਰ ਸਮੁੰਦਰ ਦਾ ਉਸ ਵਿੱਚ ਜਲ ਦਾ ਨਾਂ ਹਮੇਸ਼ਾ ਹੀ ਰਹਿੰਦਾ। ਗੁਰੂ ਦਾ ਨਾਂ ਹਮੇਸ਼ਾ ਹੀ ਰਹਿਣਾ ਵੀ ਤੂੰ ਉਹਦੇ ਵਿੱਚ ਉਸ ਦੀ ਬਾਣੀ ਦੇ ਨਾਲ ਜੁੜ ਕੇ ਉਹਦੇ ਵਰਗਾ ਇੱਕ ਮਿਕ ਹੋ ਜਾ, ਤੇ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਤੂੰ ਉਹਦੇ ਵਰਗਾ ਬਣ ਜਾਵੇ। ਪਾਤਸ਼ਾਹ ਰਹਿਮਤ ਕਰਨ, ਇੱਕ ਬੇਨਤੀ ਮੈਂ ਕਰਕੇ ਸਮਾਪਤੀ ਕਰਨੀ ਹੈ। 4 ਮਈ ਹੋਈ ਰੈਣ ਸਭਾਈ ਕੀਰਤਨ, ਸੰਤਾਂ ਕਦੋਂਾਂ ਦੀ ਫਾਰਮਸੀ ਧਰਤੀ ਤੇ ਹੈ, ਜਿਹਦੇ ਵਿੱਚ ਇੰਗਲੈਂਡ ਤੋਂ ਸਿੰਘ ਆ ਰਹੇ ਨੇ। ਰੈਣ ਸਭਾਈ ਕੀਰਤਨ ਪਹਿਲਾਂ ਸਵੇਰੇ ਆਸਾ ਦੀ ਵਾਰ ਦੇ ਵੇਲੇ ਕੀਰਤਨ ਦੇ 4 ਮਈ ਨੂੰ ਸ਼ਨੀਵਾਰ ਦੇ ਉਸ ਦਿਨ ਉਹ ਜਰੂਰੀ ਗੁਰਦੁਆਰਾ ਸਾਹਿਬ ਉੱਥੇ ਹੋਏਗਾ। ਦੁਪਹਿਰ ਨੂੰ 12 ਵਜੇ ਅੰਮ੍ਰਿਤ ਸੰਚਾਰ ਜਾਂ ਜਰੂਰੀ ਦੇ ਜਾਂ ਸੰਤਾਂ ਕਦੋਂਾਂ ਅੰਮ੍ਰਿਤ ਸੰਚਾਰ ਵੀ ਹੋਏ। ਅਤੇ ਮੇਰੀ ਇੱਕ ਬੇਨਤੀ ਹੈ, ਇੰਨੇ ਦੀਵਾਨ ਸਜਾਉਣੇ, ਖਾਲਸਾ ਸਾਜਣਾ ਦਿਵਸ, ਖਾਲਸਾ ਪ੍ਰਗਟ ਦਿਵਸ ਮਨਾਉਣਾ, ਇੰਨੇ ਇੰਨੇ ਦਿਹਾੜੇ ਮਨਾਉਣੇ, ਇੰਨੇ ਇੰਨੇ ਖਰਚੇ ਕਰਨੇ, ਲੰਗਰ ਲਾਉਣੇ, ਇਹ ਤਾਈਓ ਸਫਲ ਨਹੀਂ ਜੇ ਗੁਰੂ ਵਾਲੇ ਭਲੀਏ। ਨਹੀਂ ਤਾਂ ਪਾਤਸ਼ਾਹ ਦੀ ਬਾਣੀ ਪਤਾ ਨਹੀਂ ਕਹਿੰਦੀ ਹੈ ਨੇ ਬੁਰੇ ਕਰਦੇ ਨਾਉ ਬੁਰਾ, ਨੇ ਬੁਰੇ ਦਾ ਤੇ ਨਾਂ ਲੜੇ ਬੁਰਾ। ਅਤੇ ਉਹਦੇ ਗੁਰੂ ਵਾਲੇ ਭਲੀਏ, ਅੰਮ੍ਰਿਤ ਦੀ ਦਾਤ ਲਈਏ। 12 ਵਜੇ 4 ਮਈ ਨੂੰ ਦਿਨ ਸ਼ਨੀਵਾਰ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਇੰਗਲੈਂਡ ਤੋਂ 5 ਪਿਆਰੇ ਆਉਣਗੇ, ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਜਿਸ ਕਿਸੇ ਦਾ ਵੀ ਮਨ ਬਣੇ, ਕਿਉਂਕਿ ਦਇਆ ਰਾਮ ਦਾ ਮਨ ਬਣਿਆ ਹੀ ਸ਼ੀਸ਼ ਦਿੱਤਾ ਹੈ ਤੇ ਦਇਆ ਸਿੰਘ ਬਣਿਆ ਹੋਇਆ, ਇਸ ਕਰਕੇ ਜਿਹਦਾ ਮਨ ਬਣੇ ਆਪਣੇ ਰਿਸ਼ਤੇਦਾਰਾਂ ਦੇ ਭੈਣ ਭਰਾਵਾਂ ਦੇ ਕਹਿੰਦੇ ਨਾ ਛੱਕ ਲਿਓ, ਉਹ ਨਾ ਹੋਏ ਵੀ 7 ਮਹੀਨੇ ਵਾਲਾ ਹੀ ਛੱਕਿਆ ਜੀ। 7 ਮਹੀਨੇ ਵਾਲਾ ਕੋਈ ਅਮਰਤ ਨਹੀਂ, ਕਿਉਂਕਿ ਜਦੋਂ ਇੱਕ ਵਾਰੀ ਅਮਰਤ ਅੰਦਰ ਚੜ੍ਹ ਗਿਆ ਫਿਰ ਉਹ ਸਭਾ ਲਈ ਅਮਰ ਕਰ ਦਿੱਤਾ। ਅੰਮ੍ਰਿਤ ਪੀਆ ਸਤਿਗੁਰ ਦੀਆ, ਔਰ ਨਾ ਜਾਣਾ ਦੂਆ ਦੀਆ, ਕੋਈ ਨਹੀਂ ਹੈ ਹੋਰ ਦੂਜਾ ਜਿਹੜਾ ਇਸ ਅੰਮ੍ਰਿਤ ਨੂੰ ਦੇ ਸਕੇ। ਤੇ ਫਿਰ ਜਿਹਨੂੰ ਇੱਕ ਵਾਰੀ ਗੁਰੂ ਮਿਲ ਗਿਆ ਨਾ, ਗੁਰੂ ਸਦਾ ਲਈ ਰਹਿੰਦਾ ਵੇ, ਤੂੰ ਹੋ ਸਕਦਾ ਵੇ ਤੂੰ ਬੇਦਾਵਾ ਲਿਖ ਕੇ ਦੇ ਦੇਵੇ, ਤੂੰ ਬਾਣੀ ਨਾ ਪੜੇ, ਪਰ ਗੁਰੂ ਤੇਰੀ ਰੱਖਿਆ ਜ਼ਰੂਰ ਕਰੇਗਾ। ਪਾਤਸ਼ਾਹ ਰਹਿਮਤ ਕਰੇ, 4 ਮਈ ਨੂੰ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਜਰੂਰੀ ਦੀ ਧਰਤੀ ਤੇ, 4 ਮਈ ਨੂੰ ਹੀ 12 ਵਜੇ ਦੁਪਹਿਰ ਨੂੰ ਅੰਮ੍ਰਿਤ ਸੰਚਾਰ ਜਾਂ ਜਰੂਰੀ ਜਾਂ ਸੰਤਾ ਕਲੋਂ ਤੁਹਾਨੂੰ ਅਨਾਊਂਸਮੈਂਟ ਕਰ ਦਿੱਤੀ ਜਾਵੇਗੀ। ਜਿਹਦਾ ਵੀ ਮਨ ਬਣੇ ਅੰਮ੍ਰਿਤ ਛਕੋ। 4 ਮਈ ਨੂੰ ਰਾਤ ਨੂੰ ਰੈਣ ਸਭਾਈ ਕੀਰਤਨ ਸੰਤਾ ਕਲੋਮਾ ਫਾਰਮਸ ਦੀ ਧਰਤੀ ਤੇ, 5 ਮਈ ਨੂੰ ਦਿਨ ਸੁਹੇਲਾ ਉਹੀ ਇੰਗਲੈਂਡ ਵਾਲੇ ਜਿੰਨੇ ਸਿੰਘ ਨੇ ਉਹ ਕੀਰਤਨ ਕਰਨਗੇ ਬਾਗਾ ਲੋਨਾ ਗੁਰਦੁਆਰਾ ਸਾਹਿਬ। ਤੇ ਪਾਤਸ਼ਾਹ ਰਹਿਮਤ ਕਰਨ, ਅਸੀਂ ਸਾਰਿਆਂ ਨੇ ਰਲ ਮਿਲ ਕਰਕੇ ਅੰਮ੍ਰਿਤ ਵੀ ਛਕਣਾ, ਬਾਣੀ ਸੁਣਨੀ ਵੀ ਹੈ, ਸਿਮਰਨ ਵੀ ਕਰਨਾ ਵੇ। ਤੇ ਜਿਹੜਾ ਮਹਾਰਾਜ ਨੇ ਉਪਦੇਸ਼ ਦਿੱਤਾ ਹੈ ਨਾ ਖਾਸ ਕਰਕੇ, ਕਿਉਂਕਿ ਜਿਹੜੀਆਂ 4 ਪੁਰਾਹੀਆਂ ਨੇ ਉਹ ਸਾਡਾ ਬੜਾ ਬੇੜਾ ਗਰਕ ਕਰ ਰਹੀਆਂ, ਤੇ ਅਸੀਂ ਕਹਿ ਦਿੰਦੇ ਚਲੋ ਕੋਈ ਨਹੀਂ, ਉਸ ਢਿੱਲੇ ਪਨ ਨੇ ਸਾਡੀ ਕੱਟੜਤਾ ਖਤਮ ਕੀਤੀ, ਤੇ ਅਸੀਂ ਅੱਟਣ ਨਾ ਹੋਣ ਕਰਕੇ ਸ਼ਬਦ ਤੋਂ ਦੂਰ ਹੋ ਗਏ, ਬਾਣੀ ਤੋਂ ਦੂਰ ਹੋ ਗਏ। ਜਿਹੜੇ ਪਹਿਲੇ ਸੀ ਨਾ ਪਹਿਲੇ ਸਿੰਘ, ਅੱਜ ਵੀ ਕਈ ਹੈ ਮੁੱਖ ਦੇ ਵਿੱਚ, ਬਾਅਦ ਚ ਕੁਝ ਪਾਉਂਦੇ ਨੇ, ਪਹਿਲਾਂ 5 ਬਾਣੀਆਂ ਪੜ੍ਹਦੇ ਨੇ, ਪਹਿਲਾਂ ਉਹ ਗੁਰੂ ਦਾ ਕੰਮ ਕਰਦੇ ਨੇ। ਮੈਨੂੰ ਗੁਰੂ ਨੇ ਹੁਕਮ ਦਿੱਤਾ ਵੇ, ਕਿਉਂਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਹੁਕਮ ਵੇ, ਗੁਰੂ ਦਾ ਮਹਾਰਾਜ ਨੇ ਬੇਨਤੀ ਨਹੀਂ ਕੀਤੀ ਵੀ ਚੱਲ ਯਾਰ ਕਰ ਲਿਓ ਕੋਈ ਗੱਲ ਨਹੀਂ ਜੇ ਦਿਲ ਕਰੇਗਾ, ਨਹੀਂ ਮਹਾਰਾਜ ਕਹਿੰਦੇ ਮੇਰਾ ਹੁਕਮ ਵੇ, ਜੇ ਤੂੰ ਮੇਰਾ ਸਿੱਖ ਵੇ, ਜੇ ਤੂੰ ਮੇਰਾ ਸਿੱਖ ਖਲੋਨਾ ਵੇ, ਤੇ ਫਿਰ ਕਾਲੀ ਇਸ਼ਨਾਨ ਸਿਮਰਤਾ ਵੀ ਆਪਣਾ ਮਨ ਤਨ ਭਏ ਰੋਗਾ ਕੋਟ ਬਿਗਨ ਲਾਖੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ। ਫਿਰ ਪਤਾ ਨੀ ਮਾਣੇ ਕਹਿੰਦੇ ਜਿਹੜਾ ਇਹਨੂੰ ਗਾਵੇਗਾ, ਗਾਵੋ ਸੁਣੋ ਪੜੋ ਨਿਤ ਭਾਈ ਹੋਰ ਪੂਰਿਆਂ ਤੋਂ ਰੱਖਿਆ, ਜਿਹੜਾ ਇਹਨੂੰ ਗਾਵੇਗਾ ਇਹਨੂੰ ਸੁਣੇਗਾ ਇਹਦੇ ਤੇ ਚੱਲੇਗਾ ਇਹਨੂੰ ਗੁਰੂ ਰੱਖ ਲਵੇਗਾ। ਪਾਤਸ਼ਾਹ ਰਹਿਮਤ ਕਰਨ, ਗੁਰੂ ਦੀਆਂ ਬਖਸ਼ਿਸ਼ਾਂ ਦੇ ਗੁਰੂ ਦੀਆਂ ਰਹਿਮਤਾਂ ਦੇ ਅਸੀਂ ਕਿਤੇ ਪਾਤਰ ਬਣ ਜਾਈਏ ਤੇ ਸਾਨੂੰ ਇਹ ਪਤਾ ਲੱਗ ਜਾਏ ਕਿ ਸਾਡੇ ਵੱਲ ਉਂਗਲ ਕੀਤੀ ਸੀ ਕਿ ਮੈਂ ਤੁਹਾਡੇ ਕਰਕੇ 4 ਪੁੱਤਰ ਵਾਰ ਦਿੱਤੇ। ਪਾਤਸ਼ਾਹ ਰਹਿਮਤ ਕਰਨ, ਇੰਨੀਆਂ ਕੁ ਬੇਨਤੀਆਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤੇ ਆਪ ਸਭ ਸੰਤਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸਾਰਿਆਂ ਨੂੰ ਖਾਲਸਾ ਪ੍ਰਗਟ ਦਿਵਸ, ਖਾਲਸਾ ਸਾਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਫਿਰ ਦੁਬਾਰਾ ਬੇਨਤੀ ਹੈ, ਜਿੰਨੀ ਛੇਤੀ ਤੋਂ ਛੇਤੀ ਹੋ ਸਕਦਾ ਹੋਵੇ ਗੁਰੂ ਵਾਲੇ ਭਣੀਏ, ਕਿਉਂਕਿ ਪਤਾ ਨਹੀਂ ਮਤ ਜਾਪੈ ਸਾ ਆਵੈ ਕੇਦਮ ਆਵੈ ਰਾਮ।
ਪਤਾ ਨਹੀਂ ਸਾਹ ਆਉਣਾ ਕਿ ਨਹੀਂ ਆਉਣਾ, ਤੇ ਜੇ ਗੁਰੂ ਵਾਲੇ ਬਣ ਜਾਣਗੇ ਤੇ ਗੁਰੂ ਬਚਾ ਲਏਗਾ, ਨਹੀਂ ਤੇ ਫਿਰ ਲੱਗ ਜਾਓ ਰਾਸੀ ਧਰਮਦਿਆਂ ਧਰਮਦਿਆਂ ਲੱਭ ਜਨਮ ਅਰ ਪਾਇਓ ਤੇ ਦੁਬਾਰਾ ਫਿਰ ਇਸ ਤੋਂ ਲੱਭ ਜਨਮ ਨੂੰ ਦੁਬਾਰਿਆ ਚੱਲ ਫਿਰ ਗੇੜੇ ਚ ਲੱਗ ਜਾ ਬਣ ਕਾਂ ਬਣ ਕੁੱਤਾ ਬਣ ਗਲਾ ਬਣ ਕੋਤਾ ਉਹ ਫਿਰ ਇੱਦਾਂ ਹੀ ਸਿਸਟਮ ਚੱਲੀ ਜਾਣਾ ਪਤਾ ਹੀ ਨਹੀਂ ਕਦੋਂ ਵਾਰੀ ਆਉਣੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਚਿਰੰਕਾਲ ਇਹ ਦੇਹ ਸੁਣਿਆ, ਬੜੇ ਚਿਰਾਂ ਬਾਅਦ ਤੈਨੂੰ ਇਹ ਦੇਹ ਮਿਲੀਏ ਕਿ ਤੈਨੂੰ ਦੇਹ ਮਿਲੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਇੱਕ ਮਿਕ ਹੋ ਗਈ। ਸੱਚੇ ਪਾਤਸ਼ਾਹ ਰਹਿਮ ਕਾਰਨ ਇੰਨੀਆਂ ਭੁੱਲੀਆਂ ਬੇਨਤੀ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮ ਲੱਗਾ ਵੇ ਕਿ ਬੰਦੀ ਸਿੰਘਾਂ ਦੇ ਵਾਸਤੇ ਕੁਝ ਸਮਾਂ ਸਿਮਰਨ ਕਰਨਾ ਵੇ ਸਾਰਿਆਂ ਨੂੰ ਰਲ ਕੇ, ਤੇ ਆਓ ਆਪਾਂ ਕਿਉਂਕਿ ਅਕਾਲ ਤਖ਼ਤ ਦਾ ਜਿਹੜਾ ਹੁਕਮ ਵੇ ਉਹ ਹਰ ਇੱਕ ਸਿੱਖ ਦੇ ਸਿਰ ਮੱਥੇ ਹੈ, ਕਿਉਂਕਿ ਉਹਦਾ ਹੁਕਮ ਅਕਾਲ ਦਾ ਹੁਕਮ ਹੁੰਦਾ ਵੇ। ਇਸ ਕਰਕੇ ਆਓ ਸਿਮਰਨ ਦੇ ਨਾਲ ਜੁੜੀਏ, ਸਾਰਿਆਂ ਨੇ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਸਿਮਰਨ ਕਰਕੇ ਅਰਦਾਸਾਂ ਬੇਨਤੀਆਂ ਕਰਨੀਆਂ ਨੇ। ਸੱਚੇ ਪਾਤਸ਼ਾਹ ਉਹ ਕੌਮ ਦੇ ਵਾਸਤੇ ਲੜੇ ਨੇ, ਉਹਨਾਂ ਨੇ ਤੈਨੂੰ ਸੀਸ ਦਿੱਤੇ ਨੇ, ਰਹਿਮਤ ਕਰ ਉਹਨਾਂ ਦੀ ਬੰਦ ਖਲਾਸੀ ਕਰ, ਤੂੰ ਤੇ ਉਹ ਛਡਾ ਦਿੱਤੇ ਜਿਹਨਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਸੀ, ਜਿਹਨਾਂ ਨੇ ਮੁੜ ਕੇ ਤੇਰੇ ਘਰ ਨਾਲ ਹੀ ਪੰਗੇ ਲਏ, ਤੂੰ ਰਹਿਮਤ ਕਰ ਤਰਸ ਕਰ ਆਪਣੇ ਸਿੰਘਾਂ ਦੀ ਆਪ ਲਾਜ ਰੱਖ ਤੇ ਉਹਨਾਂ ਨੂੰ ਕਿਤੇ ਮੁਕਤ ਕਰਾ ਕੇ ਉਹਨਾਂ ਦੇ ਵੀ ਪਰਿਵਾਰਾਂ ਦੇ ਨਾਲ ਖਾਲਸੇ ਪੰਥ ਦੇ ਨਾਲ ਮੇਲ ਕਰਾ। ਆਓ ਸਿਮਰਨ ਦੇ ਨਾਲ ਜੁੜੀਏ ਜੀ। ਵਾਹਿਗੁਰੂ 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 ਆਪਣੇ ਨਾਮ ਦੀਆਂ ਅੰਮ੍ਰਿਤ ਦੀਆਂ ਦਾਤਾਂ ਬਖਸ਼,
ਤੇ ਜਿਨ੍ਹਾਂ ਬੰਦੀ ਸਿੰਘਾਂ ਵਾਸਤੇ ਆਪਾਂ ਅਰਦਾਸ ਬੇਨਤੀ ਕਰ ਰਹੇ ਹਾਂ ਉਹਨਾਂ ਨੂੰ ਹਿੰਦੁਸਤਾਨ ਦੀਆਂ ਜੇਲ੍ਹਾਂ ਦੇ ਵਿੱਚੋਂ ਛੁਟਕਾਰੇ ਦਵਾਉਣ ਕਿਉਂਕਿ ਪਾਤਸ਼ਾਹ ਦੀ ਰਹਿਮਤ ਕਿਰਪਾ ਸਦਕਾ ਉਹਨਾਂ ਨੇ ਬੜਾ ਬੜਾ ਇਨਾਮ ਦਿੱਤਾ ਬੜੇ ਹੀ ਉਹਨਾਂ ਦੇ ਜੀਵਨ ਨੇ ਜਿਨ੍ਹਾਂ ਨੂੰ ਕਿਉਂਕਿ ਜੀਵਨ ਵਾਲਿਆਂ ਨੂੰ ਹੀ ਅੰਦਰ ਡੱਕਦੀ ਹੈ ਸਰਕਾਰ ਜੀਵਨ ਵਾਲਿਆਂ ਨੂੰ ਹੀ ਮਾਰਦੀ ਹੈ ਸਰਕਾਰ ਕਿਉਂਕਿ ਜੀਵਨ ਵਾਲਿਆਂ ਤੋਂ ਡਰਿਆ ਤੁਹਾਡੇ ਵਰਗਿਆਂ ਨੂੰ ਕੀ ਡਰਨਾ ਸਰਕਾਰ ਜਿਹਨਾਂ ਮੇਰੀ ਬਾਣੀ ਨਹੀਂ ਪੜ੍ਹ ਗਏ ਤੁਹਾਡੇ ਤੋਂ ਕੀ ਡਰਨਾ ਉਹਨਾਂ ਨੂੰ ਪਤਾ ਹੋਵੇ ਵੀ ਏਦਾਂ ਨਹੀਂ ਹੈ ਜਿਹੜੇ ਜੀਵਨ ਵਾਲੇ ਨੇ ਉਹ ਜਾਂ ਸ਼ਹੀਦ ਕਰ ਦਿੱਤੇ ਤੇ ਜਾਂ ਉਹਨਾਂ ਨੂੰ ਜੇਲ੍ਹਾਂ 'ਚ ਡੱਕੇ ਨੇ ਪਤਾ ਹੀ ਕਿੰਨੇ ਕਿੰਨੇ ਸਾਲ ਹੋ ਗਏ ਨੇ ਪਾਤਸ਼ਾਹ ਰਹਿਮਤ ਕਰਨ ਉਹਨਾਂ 'ਤੇ ਕਿਰਪਾ ਕਰਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਬੰਦ ਖਲਾਸੀ ਕਰ ਦਿਓ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਨੂੰ ਉਹ ਵੀ ਖਾਲਸਾ ਪੰਥ ਦੇ ਵਿੱਚ ਸ਼ਾਮਿਲ ਹੋ ਸਕਣ ਮਹਾਰਾਜ ਰਹਿਮਤ ਕਰਨ ਕਰ ਸਕਣ ਸਾਰਿਆਂ ਨੂੰ ਨਾਮ ਦੀਆਂ ਦਾਤਾਂ ਬਖਸ਼ਣ ਅੰਮ੍ਰਿਤ ਦੀਆਂ ਦਾਤਾਂ ਬਖਸ਼ਣ 4 ਮਈ ਅੰਮ੍ਰਿਤ ਸੰਚਾਰ ਸੰਤਾਂ ਕਲੋਨਾ ਜਾਂ ਜਰੂਰੀ ਦੀ ਧਰਤੀ 'ਤੇ ਹੋ ਰਿਹਾ ਹੋਵੇ ਗੁਰੂ ਵਾਲੇ ਬਣੋ ਸਿੰਘ ਸਜੋ ਤਾਂਹੀਓ ਖਾਲਸੇ ਪੰਥ ਦੀ ਜਿੱਤ ਨੇ ਤਾਂਹੀਓ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਅਸੀਂ ਪਾਤਰ ਬਣਾਂਗੇ ਵਾਹਿਗੁਰੂ ਜੀ ਕਾ ਖਾਲਸਾ